तो उन्होंने कहा कि ये शाहिद कपूर है ये करैक्टर करीना है ये आलिया है ये शायद हाली दिलजीत जाओ है तो ये प्रबजोत करेगा मैं तो एकदम पागल क्योंकि बहुत मेन करैक्टर एंड मैं कल्ला करैक्टर जो चारों ट्रैक्स में मिला रहे हैं दिलजीत दा ब्रदर आलिया ने ड्रग्स कर लिया करीना ने ਉਹ ਨੇ ਦ ਡਾਕਟਰ ਹੈ ਉਹਦੀ ਤੇ ਸ਼ਾਹীদ ਦਾ ਫੈਨ ਹੈ ਤਾਂ ਮੈਂ ਤਾਂ ਉਹ ਤੋਂ ਮੇਰੀ ਰੀਸੈਂਟਲੀ ਫਿਲਮ ਆਈ ਆ ਅਤੀਤੀ ਭੂਤ ਭਵ ਬਹੁਤ ਵਧੀਆ ਕਨਸੈਪਟ ਆ ਜੈਕੀ ਸ਼ਰੌਫ ਪ੍ਰਤੀਕ ਗਾਂਧੀ ਮੈਂ ਜੈਕੀ ਸ਼ਰੌਫ ਦੇ ਬਚਪਨ ਦਾ ਰੋਲ ਕੀਤਾ ਮੈਂ ਉਹਦੇ ਚ ਵੀ ਸਮਝੋ ਕਿ ਇਨ ਆ ਇੱਕ ਸਟੋਰੀ ਚ ਡਿਮਾਂਡ ਨਹੀਂ ਸੀ ਕਿ ਸਰਦਾਰ ਦੀ ਬਦਲ ਮਨੂ ਵੀ ਉਹਨਾਂ ਨੂੰ ਇਦਾਂ ਸੀ ਕਿ ਮਨੂ ਹੀ ਕਾਸਟ ਕਰਨਾ ਜੀ ਅੱਛਾ ਤੇ ਉਹ ਜੈਕੀ ਸ਼ਰੌਫ ਨੂੰ ਕਾਸਟ ਕਰਦੇ ਮੈਂ ਜੈਕੀ ਸ਼ਰੌਫ ਦੇ ਬਚਪਨ ਦਾ ਰੋਲ ਕੀਤਾ ਤੁਹਾਨੂੰ ਕੋਈ ਬੜੀ ਸਰਦਾਰ ਮੁੰਡਾ ਆ ਪੰਜਾਬ ਤੋਂ ਕੋਈ ਬੰਦਾ ਮਿਲੇਗਾ ਜਿਹਨੂੰ ਪਗ ਬੰਨਣ ਪ੍ਰੋਪਰ ਪਰਫੈਕਟ ਆਉਣਾ ਹੈ ਪ੍ਰੋਪਰਲੀ ਹਾਂ ਤਾਂ ਕਿ ਜੋ ਐਕਟਰ ਹੋਵੇ ਉਹ ਵੀ ਕੰਫਰਟੇਬਲ ਹੋਵੇ ਤੇ ਜਿਹੜੀ ਸਕਰੀਨ ਤੇ ਉਹ ਲੱਗੇ ਉਹ ਲਗਣਾ ਚਾਹੀਦਾ ਕਿਉਂਕਿ ਜਦ ਤੁਸੀਂ ਪਗ ਬੰਨਿਓ ਨਾ ਉਹਦਾ ਇੱਕ ਡਿਫਰੈਂਟ ਰੋਬ ਆ ਹਾਂ ਹਾਂ ਰਾਈਟ ਤੇ ਜੇ ਤੁਸੀਂ ਕਿੱਦਾਂ ਵੀ ਗੋਲ ਕੁਮਾਦੋਗੇ ਉਹਦੇ ਮਜ਼ਾ ਨਹੀਂ ਆਏ ਨਾ ਨਾ ਬਿਲਕੁਲ ਨਹੀਂ ਜੋ ਪਰਫੈਕਟ ਹੋਏਗੀ ਨਾ ਤਾਂ ਦਿਖ ਕੇ ਆਂਦੀ ਹੈ ਤਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਦਲਬਖ ਸਿੰਘ ਢਾਲੀਵਾਲ ਆਜ਼ਾਦ ਸਟੂਡੀਓ ਟੋਰਾਂਟੋ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਇੱਕ ਖਾਸ ਗੱਲਬਾਤ ਲੈ ਕੇ ਆਏ ਆ ਤੁਸੀਂ ਬਹੁਤ ਪਸੰਦ ਕਰੋਗੇ ਕਿਉਂਕਿ ਉਹ ਸਾਡੇ ਨਾਲ ਕਿਸੇ ਹੱਦ ਤੱਕ ਹਰ ਪੰਜਾਬੀ ਹਰ ਸਿੱਖ ਦੇ ਨਾਲ ਸੰਬੰਧਿਤ ਹੈ ਸਾਡੇ ਨਾਲ ਅੱਜ ਬੰਬੇ ਫਿਲਮ ਇੰਡਸਟਰੀ ਤੋਂ ਇੱਕ ਸਖਸ਼ੀਅਤ ਹਾਜ਼ਰ ਹੋਊਗੀ ਜਿਹੜੇ ਸਾਬਤ ਸੂਰਤ ਉਸ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ ਸਭ ਤੋਂ ਪਹਿਲਾਂ ਆਓ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਫਿਰ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਪ੍ਰਭਜੋਤ ਸਿੰਘ ਪ੍ਰਭਜੋਤ ਸਵਾਗਤ ਹੈ ਤੁਹਾਡਾ ਆਜਾਦ ਸਟੂਡੀਓ ਟੋਰਾਂਟੋ। ਥੈਂਕ ਯੂ ਸੋ ਮੱਚ ਥੈਂਕ ਯੂ। ਪ੍ਰਭਜੋਤ ਬੜਾ ਸਾਨੂੰ ਮਾਣ ਹੁੰਦਾ ਵੀ ਜਦੋਂ ਅਸੀਂ ਕੋਈ ਇਹੋ ਜੀ ਸ਼ਖਸੀਅਤ ਦੇ ਨਾਲ ਬੈਠਦੇ ਆ ਜਿਹੜੇ ਗੁਰੂ ਦੀ ਮੋਹ ਸਿੱਖੀ ਤੇ ਕੈਸਾ ਨੂੰ ਲੈ ਕੇ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਅੱਜ ਜਿਹੜੀ ਆ ਇਸ ਤੋਂ ਹੀ ਕਰਾਂਗੇ ਕਿ ਤੁਹਾਡਾ ਅਸੀਂ ਇਤਿਹਦ ਲੋ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਇਸ ਜਿਹੜਾ ਰੂਪ ਨੂੰ ਸੰਭਾਲ ਕੇ ਇਸ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਆ ਬਸ ਸਰ ਜੀ ਉਹੀ ਕੋਸ਼ਿਸ਼ ਹੈ ਕਿ ਜਿੰਨਾ ਹੋ ਸਕੇ ਆਪਣੇ ਰੂਟਸ ਨਾਲ ਜੁੜੇ ਰਹੀ ਆਪਣੇ ਗੁਰੂਆਂ ਦੇ ਨਾਲ ਤੇ ਕੋਸ਼ਿਸ਼ ਕਰਦੇ ਆ ਬਸ ਬਾਕੀ ਤਾਂ ਰੱਬ ਦੇ ਹੱਥ ਹੀ ਹੈ ਹਾਂ ਜੀ ਅੰਕੀ ਕਿ ਸਾਡੇ ਕੋਲ ਤਾਂ ਪੂਰੀ ਕੋਸ਼ਿਸ਼ ਹੈ ਸਾਰੀ ਚੀਜ਼ਾਂ ਨੂੰ ਲੈ ਕੇ ਨਹੀਂ ਬਹੁਤ ਵਧੀਆ ਸਾਨੂੰ ਮਾਣ ਹੁੰਦਾ ਤੇ ਸਾਰੀ ਜਿਹੜੀ ਆਪਣੀ ਕਾਮ ਆ ਉਹਨਾਂ ਨੂੰ ਵੀ ਮਾਣ ਆ ਤੁਹਾਡੇ ਤੇ ਹੈ ਨਾ ਕਿ ਤੁਸੀਂ ਸਭ ਸੂਰਤ ਬੰਬੇ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹੋ ਆ ਸੋ ਪਹਿਲਾਂ ਤਾਂ ਪ੍ਰਭਜੋਤ ਇਹ ਆ ਵੀ ਮੈਂ ਚਾਹੂੰਗਾ ਕਿ ਤੁਸੀਂ ਸਾਡੇ ਨਾਲ ਜਿਹੜੀ ਤੁਹਾਡੀ ਹੈਗੀ ਆ ਲਾਈਫ ਤੁਸੀਂ ਬੰਬੇ ਰਹਿੰਦੇ ਹੋ ਜਮੇ ਪਲੇ ਹੋ ਉਹਦੇ ਬਾਰੇ ਦਿਓ ਜਾਣਕਾਰੀ ਵੀ ਤੁਹਾਡੇ ਪੇਰੈਂਟਸ ਕਿੱਥੋਂ ਨੇ ਪੰਜਾਬ ਤੋਂ ਨੇ ਜਾਂ ਫਿਰ ਉਸ ਉਹਦੇ ਬਾਰੇ ਸਾਰੀ ਜਾਣਕਾਰੀ ਜਿਹੜੇ ਸਾਡੇ ਸਰੋਤਿਆਂ ਨਾਲ ਪਹਿਲਾਂ ਪਸੰਦ ਹੀ ਕਰਦੇ ਆਂ ਦਰਸ਼ਕਾਂ ਮੇਰਾ ਮੇਰਾ ਬੋਨ ਤਾਂ ਬੰਬੇ ਦਾ ਹੀ ਹੈਗਾ ਕਿ ਮੇਰੇ ਫਾਦਰ ਸਾਹਿਬ ਦਾ ਹੀ ਬੰਬੇ ਦਾ ਹੀ ਬੋਨ ਹੈ ਬਰਥਡੇਨ ਜੋ ਮੇਰੇ ਗ੍ਰੈਂਡਫਾਦਰ ਐਂਡ ਸਾਰੇ ਉਹਨਾਂ ਦੇ ਮੇਰੇ ਦਾਦਾ ਜੀ ਔਰ ਸਾਰੇ ਜਿਹੜੇ ਬਜ਼ਦ ਸੀਗੇ ਸਭ ਦਾ ਬੋਨ ਪਾਕਿਸਤਾਨ ਪਸ਼ਾਵਰ ਸੀਗਾ ਪਾਕਿਸਤਾਨ ਇਹ ਨਹੀਂ ਯੋਹੀ ਪੰਜਾਬ ਸੀਗਾ ਜੋ ਪਹਿਲਾਂ ਜੀ ਜੀ ਅਨਡਿਵਾਈਡਿਡ ਜੋ ਪਹਿਲਾਂ ਪਰ ਪਸ਼ਾਵਰ ਤੋਂ ਸੀ ਤੁਸੀਂ ਹਾਂ ਪਸ਼ਾਵਰ ਤੋਂ ਸੀਗੇ ਉਹ ਠੀਕ ਆ ਫਿਰ ਉਸ ਤੋਂ ਬਾਅਦ 47 ਤੋਂ ਬਾਅਦ ਪਾਰਟੀਸ਼ਨ ਤੋਂ ਬਾਅਦ ਉਹਨੇ ਦਿੱਲੀ ਆ ਗਏ ਦਿੱਲੀ ਦੋ ਇੱਕ ਸਾਲ ਇੱਕ ਡੇਢ ਸਾਲ ਦੋ ਸਾਲ ਰੁੱਕ ਕੇ ਫਿਰ ਬੰਬੇ ਆ ਗਏ ਦਨ ਵਿਰੋਧੋ ਤੋਂ ਸਾਰੀ ਮੇਰੀ ਫੈਮਲੀ ਸਭ ਉੱਥੇ ਹੀ ਆ। ਅੱਛਾ ਅੱਛਾ ਤੇ ਮੇਰੇ ਡੈਡ ਦੀ ਅ ਬ੍ਰਿੰਗਿੰਗ ਮੇਰੀ ਅ ਬ੍ਰਿੰਗਿੰਗ ਸਾਰਾ ਕੁਝ ਬੰਬਈ ਹੋਇਆ। ਓਹ ਠੀਕ ਆ। ਤੇ ਤੁਸੀਂ ਜਿਹੜੇ ਜਿਹੜੇ ਬੰਬੇ ਦੇ ਵਿੱਚ ਤੁਹਾਡੀ ਕਾਫੀ ਫਿਰ ਤਾਂ ਵੱਡੀ ਫੈਮਲੀ ਹੋਊਗੀ। ਹਾਂਜੀ ਮਤਲਬ ਕਿ ਸਾਰੀ ਫੈਮਲੀ ਉੱਥੇ ਹੈ ਜਿੱਦ ਤੱਕ ਮੇਰੇ ਮੇਰੇ ਦਾਦਾ ਦੇ 3-4 ਬ੍ਰਦਰ ਸੀਗੇ ਸਾਰੇ ਉੱਥੇ ਆ। ਉਹਨਾਂ ਦੇ ਸਾਰੇ ਬੱਚੇ ਆ। ਆਪਾਂ ਲੋਗਾ ਮੇਰੇ ਫਾਦਰ ਦੇ ਮਤਲਬ ਸਾਰੀ ਫੈਮਲੀ ਇਦਾਂ ਕੋਈ ਸਾਡਾ ਪ੍ਰੋਪਰ ਹੁਣ ਜਿੱਦਾਂ ਕਿ ਮੈਂ ਇਹ ਵੈਬ ਸ਼ੋ ਵੀ ਕੀਤਾ ਇੱਥੇ ਇੱਥੇ ਸਾਰੇ ਆਰਟਿਸਟ ਪੰਜਾਬੀ ਸੀਗੇ ਉਸ ਤੋਂ ਬਾਅਦ ਇਸ ਤੋਂ ਪਹਿਲੇ ਮੈਂ ਜੋ ਵੀ ਕੰਮ ਕੀਤਾ ਬੰਬਈ ਕੀਤਾ ਤੇ ਬਾਲੀਵੁੱਡ ਸੀ ਕੀਤਾ ਤੇ ਇਹਨਾਂ ਦੇ ਹਰ ਕੋਈ ਗੱਲ ਕਰਦਾ ਕਿ ਯੂ نو ਮੇਰਾ ਪਿੰਡ ਇੱਥੇ ਆ ਮੇਰੇ ਪਿੰਡ ਜੀ ਆ ਉਹ ਕਦੇ-ਕਦੇ ਮੈਨੂੰ ਵੀ ਲੱਗਦਾ ਕਿ ਯਾਰ ਇਦਾਂ ਕੋਈ ਮੇਰਾ ਪਿੰਡ ਹੈ ਨਹੀਂ ਬਿਕੋਜ਼ ਮੇਰਾ ਕੋਈ ਰਿਲੇਟਿਵ ਹਾਂ ਹੈਗਾ ਨਹੀਂ ਬਟ ਦੈਨ ਅੰਮ੍ਰਿਤਸਰ ਐਵਰੀ ਇਅਰ ਅਪਾ ਜਾਣੇ ਮੇਰੇ ਮਮ ਡੈਡ ਦਾ ਸਾਲ ਚ ਤਿੰਨ ਚਾਰ ਵਾਰ ਜਾਂਦੇ ਨੇ ਐਵਰੀ 3 ਟੂ 4 ਮਨਸੋ ਦਰਬਾਰ ਸਰ ਐਵਰੀ 3 ਟੂ 4 ਮਨਸੋ ਜਾਂਦੇ ਨੇ ਅੰਮ੍ਰਿਤਸਰ ਹੁਣ ਉਹ ਥੋੜਾ ਰਿਟਾਇਰਮੈਂਟ ਵਾਲੇ ਪਾਸੇ ਨੇ ਤਾਂ ਹੁਣ ਤਾਂ ਜ਼ਿਆਦਾ ਧਿਆਨ ਉੱਥੇ ਹੀ ਆ ਬਹੁਤ ਵਧੀਆ ਗੱਲ ਬਟ ਅਸੀਂ ਤਾਂ ਅੰਮ੍ਰਿਤਸਰ ਹੀ ਜਾਇਦਾ ਤਾਂ ਬਟ ਸਾਡਾ ਇਦਾਂ ਕੋਈ ਪਿੰਡ ਨਹੀਂ ਉਹ ਹੈਗਾ ਤੇ ਜੋ ਰੂਟਸ ਨੇ ਸਾਲਾ ਕੁਝ ਹੈਗਾ ਸਾਡੇ ਲਈ ਬੰਬਈ ਪਿੰਡ ਹੈ ਠੀਕ ਹੈ ਸਾਡੇ ਲਈ ਤਾਂ ਪੂਰਾ ਪੰਜਾਬ ਹੀ ਪਿੰਡ ਹੈ ਸਾਡਾ ਵੇਖੋ ਜੀ ਅਸੀਂ ਜੀ ਆਇਆਂ ਨੂੰ ਆ ਜਿਹੜੇ ਵੀ ਪੰਜਾਬ ਤੋਂ ਬਾਹਰ ਸਿੱਖ ਵਸਦੇ ਨੇ ਉਹ ਉਹ ਕਿਤੇ ਨਾ ਕਿਤੇ ਤਾਂ ਸਾਡੀਆਂ ਰੂਟ ਤਾਂ ਪੰਜਾਬ ਦੇ ਵਿੱਚ ਨੇ ਤੁਹਾਡੇ ਸਾਰੇ ਪਿੰਡ ਤੁਹਾਡੇ ਆਪਣੇ ਨੇ ਕਿਉਂਕਿ ਤੁਸੀਂ ਜਿਹੜੀ ਸਾਬਤ ਸੂਰਤ ਸਿੱਖੀ ਦੀ ਸੰਭਾਲ ਕਰਕੇ ਕੇਸਾਂ ਦੀ ਸੰਭਾਲ ਰੱਖਦੇ ਹੋ ਤੇ ਇਸ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹੋ ਅਗਲਾ ਜਿਹੜਾ ਸਵਾਲ ਪ੍ਰਭਜੋਤ ਕਿ ਜਿਹੜਾ ਇਹ ਤੁਹਾਡਾ ਜਿਹੜਾ ਫਿਲਮੀ ਸਫਰ ਆ ਇਹ ਕਿੱਥੋਂ ਸ਼ੁਰੂ ਹੁੰਦਾ ਤੇ ਇਹ ਹੁਣ ਤੱਕ ਆਪਾਂ ਜਿਹੜੀ ਗੱਲ ਕਰਾਂਗੇ ਵੀ ਹੁਣ ਆਪਾਂ ਕਿੱਥੇ ਜੇ ਖੜੇ ਆ ਤੇ ਹਜੇ ਵੀ ਸਟੈਲ ਤੁਸੀਂ ਕਿਉਂਕਿ ਹੁਣ ਤੁਸੀਂ ਕੈਨੇਡਾ ਦੇ ਵਿੱਚੋਂ ਕੰਮ ਕਰ ਰਹੇ ਹੋ ਇਸ ਇੰਡਸਟਰੀ ਦੇ ਵਿੱਚ ਤੇ ਇਹ ਕਦੋਂ ਤੁਹਾਡਾ ਸਫਰ ਸ਼ੁਰੂ ਹੋ ਰਿਹਾ ਅ ਸ਼ੌਂਕ ਤਾਂ ਮੈਨੂੰ ਬਹੁਤ ਜ਼ਿਆਦਾ ਬਚਪਨ ਤੋਂ ਹੀ ਸੀਗਾ ਫਿਲਮ ਇੰਡਸਟਰੀ ਬਾਰੇ ਮੇਰੇ ਮਮ ਦਾ ਗਾਰਮੈਂਟ ਦਾ ਬਿਜ਼ਨਸ ਹੁੰਦਾ ਸੀ ਤਾਂ ਮੈਂ ਉੱਥੇ ਨਵਾਂ ਨਵਾਂ ਇੱਕ ਸਪਲਾਈਅਰ ਕੋਲੇ ਗਿਆ ਸੀ ਉੱਥੇ ਨਵੀਂ ਨਵੀਂ ਕੈਟਲੌਗਸ ਆਈ ਸੀਗੇ ਜਿਦੇ ਚੋ ਫੋਟੋਜ਼ ਲੱਗੇ ਹੁੰਦੇ ਨਾ ਪੋਸਟਰਾਂ ਦੇ ਬੱਚਿਆਂ ਦੇ ਜੀ ਮੋ ਦੇਖਿਆ ਮੈਂ ਮਨ ਨੂੰ ਇਹੀ ਕਰਨਾ ਉਹ ਕਹਿੰਦੇ ਕਿ ਨਹੀਂ ਮਤਲਬ ਤੂੰ ਇਹ ਸਭ ਕੀ ਕਰਨਾ ਹੈ ਨਾ ਮੈਂ ਕਿਹਾ ਕਿ ਨਹੀਂ ਮਨ ਨੂੰ ਇਹੀ ਕਰਨਾ ਮੈਂ ਜਿੱਤ ਫੜਾ ਕੇ ਉਹ ਕੀਤਾ ਤੇ ਉਹ ਬ੍ਰਾਂਡ ਸੀਗੀ ਸਿਰਫ ਜਿੰਦ ਦੀ ਹੂੰ ਤਾਂ ਮੈਂ ਟੌਪ ਲੈਸ ਛੋਟਾ ਬੱਚਾ ਥੋੜਾ ਮੋਟਾ ਜਿਹਾ ਦਸ ਸਰਦਾਰ ਜੂੜੀ ਬਣ ਕੇ ਉਹ ਬਹੁਤ ਹੀ ਕਿਊਟ ਫੋਟੋ ਲੱਗੀ ਉਹਨਾਂ ਨੂੰ ਉਨੀ ਪਹਿਲੇ ਸ਼ਾਇਦ ਥਿੰਕਸ ਉਹ ਵੀ 25 ਕੋਈ ਫੋਟੋ ਕੀਤੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਹੋਰ ਕਰਵਾਈਆਂ ਦੂਜੀ ਬ੍ਰਾਂਡ ਜਿਹਾ ਕਰਵਾਈ ਉਹਦੋਂ ਫਿਰ ਇੱਕ ਸ਼ੁਰੂ ਹੋਇਆ ਫਿਰ ਜਿੱਦਾਂ ਥੋੜਾ ਵੱਡਾ ਹੋਇਆ 8 9 ਤੇ ਜਾ ਕੇ ਮੈਨੂੰ ਹੋਰ ਸ਼ੌਂਕ ਵਧਿਆ ਫਿਲਮਾਂ ਬਾਰੇ ਹੂੰ ਤਾਂ ਮੈਂ ਸਕੂਲ ਬੰਕ ਫਿਲਮਾਂ ਦੇਖਣ ਜਾਂਦਾ ਸੀਗਾ ਜੀ ਤੇ ਮੀਡਲ ਕਲਾਸ ਫੈਮਿਲੀ ਤੋਂ ਇਨਾ ਕੋਈ ਉਹ ਹੈ ਨਹੀਂ ਤਾਂ ਮੇਰੇ ਏਰੀਆ 'ਚ ਜੋ ਥੀਏਟਰ ਸੀਗਾ ਉਹ ਪੀਵੀਆਰ ਸੀਗਾ ਉਹ ਵੈਰੀ ਐਕਸਪੈਂਸਿਵ ਮਲਟੀ ਉਹ ਵਾਲਾ ਅ ਮਲਟੀ ਸਕਰੀਨ ਵਾਲਾ ਥੀਏਟਰ ਤੇ ਇੱਕ ਸਿੰਗਲ ਸਕਰੀਨ ਹੁੰਦਾ ਸੀ ਸਾਹਮਣੇ ਟ੍ਰੇਨ ਹੁੰਦੀ ਸੀ 5 ਰੁਪਏ ਦੀ ਲੋਕਲ ਟ੍ਰੇਨ ਬੰਬਈ ਪਤਾ ਹੀ ਹੈ ਨਾ ਹੂੰ ਹੂੰ 5 ਰੁਪਏ ਦੀ ਲੋਕਲ ਟ੍ਰੇਨ ਉਹ ਲੋਕਲ ਟ੍ਰੇਨ 'ਚ ਫੜ ਕੇ ਦੋ ਤਿੰਨ ਸਟਾਪ ਅੱਗੇ ਇੱਕ ਥੀਏਟਰ ਹੁੰਦਾ ਸੀ ਸਿੰਗਲ ਸਕਰੀਨ 50 ਰੁਪਏ ਟਿਕਟ ਅੱਛਾ ਤੇ ਐਵਰੀ ਫਰਾਈਡੇ ਜੀਡੀ ਫਿਲਮ ਆਵੇ ਮੈਨੇ ਪੱਕਾ ਜਾਣਾ ਤੇ ਮੇਰੇ ਦੋ ਦੋ ਤਿੰਨ ਦੋਸਤ ਹੁੰਦੇ ਸੀ ਉਹਨਾਂ ਨੂੰ ਪੁੱਛ ਲੈਂਦਾ ਵਈ ਕਿਸ ਨੇ ਕਿਸ ਨੇ ਜਾਣਾ ਤੇ ਇੱਕ ਨ ਇੱਕ ਨੂੰ ਬੰਕ ਕਰਾ ਕੇ ਨਾਲ ਹੀ ਚੱਲ ਜਾਂਦਾ ਫਿਰ ਉਹ ਤੋਂ ਸ਼ੌਂਕ ਹੋਰ ਜ਼ਿਆਦਾ ਵੱਧ ਗਿਆ ਫਿਰ ਮੇਰੇ ਏਰੀਆ ਚ ਲੋਕਲ ਪਲੇ ਹੋਇਆ ਹਮ ਉੱਥੇ ਮੈਂ ਪਾਰਟ ਲਿੱਤਾ ਉਧਰ ਉੜਤਾ ਪੰਜਾਬ ਦੀ ਟੀਮ ਆਈ ਸੀ ਕਾਸਟਿੰਗ ਲਈ ਉਹ ਅੱਛਾ ਹਾਂ ਮੇਰਾ ਉਹ ਬਹੁਤ ਛੋਟਾ ਰੋਲ ਸੀ ਰੋਲ ਮਤਲਬ ਇਦਾਂ ਸੀ ਕਿ ਮੈਂ ਚੱਲ ਕੇ ਅੰਦਰ ਆਣਾ ਮੈਨੂੰ ਗੋਲੀ ਲੱਗਦੀ ਤਾਂ ਮੈਂ ਮਰ ਜਾਣਾ ਬਸ ਮੈਂ ਉੱਥੇ ਹੀ ਪਿਆ 5 ਮਿੰਟ ਮੇਰਾ ਉਹੀ ਰੋਲ ਸੀ ਜੀ ਪਰ ਉਹਨਾਂ ਨੇ ਕਹਿ ਕੇ ਚਲੋ ਆਪਾਂ ਨੂੰ ਕਾਸਟਿੰਗ ਹੈ ਨੋ ਨਹੀਂ ਆਲਰੇਡੀ ਨਾਰਥ ਨਾਰਥ ਇੰਡੀਆ ਸਾਰਾ ਕਾਸਟ ਕਰ ਚੁੱਕੇ ਸੀ ਦਿੱਲੀ ਪੰਜਾਬ ਚੰਡੀਗੜ ਸਾਰਾ ਕੁਝ ਹੋ ਗਿਆ ਸੀਗਾ ਹੂੰ ਉਸ ਤੋਂ ਬਾਅਦ ਉਹ ਨਹੀਂ ਬੰਬਈ ਕਿ ਸਾਨੂੰ ਸਿੱਖ ਐਕਟਰ ਪ੍ਰੋਪਰ ਚਾਹੀਦਾ ਤੇ ਜਿੱਥੇ ਮੈਂ ਰਹਿਣਾ ਉਹ ਏਰੀਆ ਦਾ ਨਾਮ ਹੈ ਗੁਰੂ ਤੇਗ ਬਹਾਦਰ ਨਗਰ ਹੂੰ ਹੂੰ ਤੇ ਉੱਥੇ ਕਾਫੀ ਆਪਣੀ ਪੰਜਾਬੀ ਕਮਿਊਨਿਟੀ ਵੱਸਦੀ ਹੈ 1200 ਫੈਮਿਲੀਜ਼ ਨੇ ਤੁਹਾਨੂੰ ਪਤਾ ਸੀ ਕਿ ਇਤਨੇ ਸਾਰੇ ਸਿੱਖ ਹੈ ਤਾਂ ਕੋਈ ਨਾ ਕੋਈ ਸ਼ੌਕੀਨ ਹੋਇਆ ਕੋਈ ਨਾ ਕੋਈ ਕੰਮ ਕਰਦਾ ਹੋਵੇਗਾ ਸਾਰਾ ਕੁਝ ਹੋਵੇਗਾ ਤੇ ਉੱਥੋਂ ਦੀ ਫਿਰ 10 15 ਬੰਦਿਆਂ ਨੂੰ ਉਹਨਾਂ ਨੇ ਬੁਲਾਇਆ ਆਡੀਸ਼ਨ ਲਿਆ ਉਹ ਤੋਂ ਮੈਂ ਸ਼ਾਰਟਲਿਸਟ ਹੋਇਆ ਉਹ ਕਰਦੇ 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 ਫਿਰ ਫਰਸਟ ਫਿਲਮ ਤੱਕ ਗਲੇਬਟ ਮੈਂ ਆਲਰੇਡੀ ਪੜਾਈ ਚ ਅੱਛਾ ਨਹੀਂ ਸੀਗਾ ਉਹ ਮੇਰੇ ਮੇਰੇ ਬ੍ਰਦਰ ਐਂਡ ਸਿਸਟਰ ਉਹ ਲੰਡਨ ਬੋਰਡ ਤੋਂ ਪੜੇ ਨੇ। ਉਹ ਅੱਛਾ। ਤਾਂ ਮੇਰੀ ਪੜਾਈ 19 ਵਜੇ ਨਹੀਂ ਸੀ ਮੈਂ ਜ਼ਬਰਦਸਤੀ ਉਹਨੂੰ 8 'ਚ 7 'ਚ ਉਹ ਜਿਹੜਾ ਲੋਕਲ ਬੋਰਡ ਹੁੰਦਾ ਨਾ ਮਹਾਰਾਸ਼ਟਰਾ ਉਹਦੇ ਚ ਪਾਤਾ। ਤੇ ਬੜਾ ਪੜ੍ਹਦਾ ਰਿਹਾ ਨਹੀਂ। ਜੀ ਜੀ। ਤੇ ਫਿਰ ਉਹਦੇ ਚ ਮੈਂ ਆਇਆ। ਉਧਰ ਮਸੇਲੇ ਮੈਂ 10ਵੀਂ ਚ ਹੀ ਪਹੁੰਚਿਆ ਸੀਗਾ ਤੇ ਫਿਲਮ ਮਿਲ ਗਈ। ਉਹ ਕਹਿੰਦੇ ਕਿ 6 ਮਾਰਚ ਤੋਂ ਸ਼ੂਟਿੰਗ ਹੈ। ਤਾਂ ਉਹ ਦੋ ਮੇਰੇ 10th ਦੇ ਬੋਰਡਸ ਮੇਰੇ ਡੈਡੀ ਨੇ ਤਾਂ ਮਨਾ ਕਰਤਾ ਕਹਿੰਦੇ ਕਿ ਨਹੀਂ ਯਾਰ ਮਤਲਬ ਉਹ ਤਾਂ ਪਹਿਲੇ ਹੀ ਨਹੀਂ ਪੜਦਾ। ਤਾਂ ਹੁਣ ਤੈਨੂੰ ਫਿਲਮ ਲਾਈਨ 'ਚ ਪਾਤਾ ਤਾਂ ਫਿਰ ਤਾਂ ਹੋ ਫਿਰ ਉਧੋ ਜਾ ਕੇ ਉਧਰ ਸ਼ੁਰੂ ਹੋਈ ਆਪਾਂ ਆਫਿਸ ਗਏ ਸਾਰਾ ਕੁਝ ਮਿਲ ਲੇ ਉਧਰ ਪੂਰੀ ਹੋ ਸੀਗੀ ਪਰ ਇਹ ਇੱਕ ਗੱਲ ਸੀ ਵੀ ਪ੍ਰਭ ਜੀ ਤੁਹਾਡੀ ਤੁਹਾਡੇ ਅੰਦਰ ਇਹ ਜ਼ਰੂਰ ਸੀ ਜਿਵੇਂ ਤੁਸੀਂ ਦੱਸਿਆ ਕਿ ਬਚਪਨ ਤੋਂ ਤੁਸੀਂ ਫਿਲਮਾਂ ਦੇਖਣ ਦੇ ਸ਼ਕੀਨ ਸੀ ਜਾਂ ਤੁਸੀਂ ਮੈਗਜ਼ੀਨ ਦੇ ਵਿੱਚ ਦੇਖਿਆ ਨਾ ਪਰ ਇਹ ਇੱਕ ਗੱਲ ਜ਼ਰੂਰ ਹੈ ਵੀ ਜਿਹਦੇ ਅੰਦਰ ਚਾਹਤ ਹੋਵੇ ਨਾ ਮਾਲਕ ਉਹਦੇ ਲਈ ਕੋਈ ਨਾ ਕੋਈ ਰਸਤਾ ਬਣਾ ਦਿੰਦਾ ਤੇ ਉਹ ਤੁਸੀਂ ਇੱਕ ਛੋਟਾ ਜਿਹਾ ਪਲੇ ਕੀਤਾ ਤੇ ਉਹਦੇ ਤੇ ਇਹ ਤੁਸੀਂ ਫਿਲਮ ਲਈ ਵੀ ਹੋਏ ਹੈ ਨਾ ਲੋਕਾਂ ਨੇ ਦੇਖਿਆ ਤੁਹਾਨੂੰ ਉਹਨਾਂ ਨੂੰ ਚਾਹੀਦਾ ਸੀਗਾ ਸੋ ਜਿਹੜੀ ਪਹਿਲੀ ਫਿਲਮ ਸੀ ਫਿਰ ਤੁਹਾਨੂੰ ਇਹ ਉੜਤਾ ਪੰਜਾਬ ਮਿਲੀ ਹੈ ਨਾ ਹਾਂਜੀ ਹਾਂਜੀ ਪਹਿਲੇ ਪਹਿਲੇ ਮੇਰਾ ਉੜਤਾ ਜੇ ਉਹੀ ਹੈ ਕਿ ਦੇਖੋ ਜੇ ਲੋਕੀ ਕਹਿੰਦੇ ਆ ਕਿ ਸੁਪਨੇ ਜੋ ਮਰਜ਼ੀ ਦੇਖ ਲੋ ਰਾਈਟ ਸੁਪਨੇ ਦੀ ਕੋਈ ਲਿਮਟ ਨਹੀਂ ਹੈ ਜੀ ਪਰ ਜਦ ਮੈਨੂੰ ਦਨ ਜੋ ਪਰਸਨਲੀ ਵੀ ਰਿਹਾ ਕਿ वैन यू कम फ्रॉम अ मिडिल क्लास फैमिली यू कैन नॉट थिंक लाइक यू नो तुम ही प्रेजिडेंट बन जाओगे राइट यू नो दैट तुम ही कहोगे कि यार जो मेरे पापा कोई प्रॉपर्ट नहीं है जब एक प्रॉपर्ट तो मैं पांच बना लूंगा मैं दस बना लूंगा यू कै नॉट से कि मैं हजार करोड़ बना लूंगा दस हज़ार करोड़ बना लूंगा तो उदा ही सू कम करना सी बट आई कुड नेवर थिंक ऑफ इट कि यू नो नॉर्मल फैमिली बैकग्राउंड कोई फिल्म इंडस्ट्री नहीं कुछ नहीं एंड दैन आई विल मेक इट बेग इन बॉलीवुड तो उदा उतना ही नहीं मैं बस इदा कि बस एक्ट करनी है कुछ भी छोटा वड्डा ही ही सारी वाला मिलया मेरी गोल्ड सी अक्षय कुमार मोहनीराज सारा कुछ मैं जी फिर जी। दिलजीत पाजी ने एक और फिल्म की थी अर्जुन पटियाला जी जी। तो प्रोजेक्ट चले चल गए चलते गए बट वही कि मतलब कि इतने छोटे लेवल या इतने विदाउट एनी बैकग्राउंड तो आके इतने प्रोजेक्ट कर रहे हो ਹੂੰ ਤੇ ਉਹ ਇੱਕ ਬਲੇਸਿੰਗ ਸੀਗੀ ਹਾਂ ਉਹ ਮਾਲਕ ਵੇਖੋ ਜਦੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਜਦੋਂ ਤੁਹਾਡੇ ਕੋਲ ਚਾਹਤ ਹੋਵੇ ਨਾ ਮਾਲਕਾ ਪਈ ਤੁਹਾਨੂੰ ਰਸਤੇ ਉਹਦੇ ਖੋਲ ਦਿੰਦਾ ਅੱਛਾ ਪ੍ਰਭ ਜੀ ਜਿਹਦੇ ਵਿੱਚ ਉੜਤਾ ਪੰਜਾਬ ਦੇ ਵਿੱਚ ਤੁਹਾਨੂੰ ਪਹਿਲਾ ਕਾਸਟ ਹੋਏ ਹੁੰਦੇ ਸੀ ਹਨ ਇਹਦੀ ਵੀ ਕੋਈ ਹੈ ਸਟੋਰੀ ਉਹ ਵੀ ਥੱਡੇ ਜਿਹੜੇ ਦਰਸ਼ਕ ਨੇ ਉਹਨਾਂ ਨਾਲ ਸਾਂਝੀ ਕਰੋ ਵੀ ਕਿਵੇਂ ਤੁਹਾਨੂੰ ਕਾਸਟ ਕੀਤਾ ਗਿਆ ਇਹ ਬੜੀ ਦਿਲਚਸਪ ਹੋਗੀ ਮੈਂ ਜਦਾਂ ਕਿ ਕਿ ਮੇਰਾ ਪਹਿਲਾ ਜੋ ਥੀਏਟਰ ਸ਼ੋ ਸੀ ਉੱਥੇ ਆਈ ਸੀਗੇ ਕਾਸਟਿੰਗ ਟੀਮ ਲਈ ਉੱਥੇ ਕਾਫੀ ਸਾਰੇ ਮੁੰਡੇ ਸੀ ਕਿ ਉਹਨਾਂ ਨੇ ਕਿਹਾ ਕਿ ਸਭ ਨੂੰ ਹੀ ਹੈਨਾ ਆ ਜਾਓ ਤਾਂ ਦੋਦ ਤੱਕ ਸਿਰਫ ਇੱਕ ਸੁਪਨਾ ਹੀ ਸੀ ਕਿ ਯੂ نو ਕਾਸਟਿੰਗ ਫਿਲਮ ਸਾਰਾ ਕੁਝ ਅੱਲੇ ਦਾ ਕਲੀ ટીਵੀ ਤੇ ਆ ਫੋਨ ਤੇ ਦੇਖਿਆ ਸੀ ਕਿ ਉਹ ਪਤਾ ਹੈ ਉਹ ਸਲੇਟ ਪਕੜ ਕੇ ਨਾਮ ਲਿਖ ਕੇ ਨਾਮ ਏਜ ਹਾਈ 프로ਫਾਈਲ ਇਹਦਾ ਕੁਮਾਉਂਦੇ ਆ ਸਾਰਾ ਕੁਝ ਜੀ ਤੇ ਉਹਨਾਂ ਨੇ ਫੜਾਤਾ ਕਿ ਚਲੋ ਇਹ ਕਰੋ ਤੇ ਆਪਾਂ ਜੇ ਪਸੰਦ ਆਇਆ ਫਿਰ ਤੁਹਾਨੂੰ ਬੁਲਾਵਾਂਗੇ ਤੇ ਉਹਨਾਂ ਨੇ ਕਿਹਾ ਕਿ ਚਲੋ ਠੀਕ ਹੈ ਕੱਲ ਆ ਜਾਓ ਕਰਕੇ ਆਡੀਸ਼ਨ ਲਈ ਤਾਂ ਹੁਣ ਮੈਂ ਤਾਂ ਕੱਲਾ ਮੈਂ ਦੋਸਤਾਂ ਨੂੰ ਪੰਪ ਦਿੱਤੀ ਕਿ ਚਲੋ ਚਲੋ ਸਾਰੇ ਚਲੋ ਹੈ ਨਾ ਫਿਲਮ ਹੈ ਉਹ ਬੰਬੇ ਚ ਐਕਟਰ ਦੇਖਣਾ ਐਕਟਰ ਮਿਲਣਾ ਬਹੁਤ ਈਜ਼ੀ ਹੈ ਹਾਂ ਤਮਨਨ ਕੋ ਕਿ ਚਲ ਕੋਈ ਨਾ ਕੋਈ ਐਕਟਰ ਹੋਏਗਾ ਆਪਾਂ ਮਿਲਾਂਗੇ ਫੋਟੋ ਟੋ ਖਿਚਾ ਲਾਂਗੇ ਤਾਂ ਦਗਰੇ ਸਭ ਨੂੰ ਪੰਮ ਦੇ ਕੇ ਆਪਾਂ 15 ਬੰਦੇ ਚੱਲ ਗਏ ਅੱਛਾ ਫਿਰ ਉੱਥੇ ਆਡੀਸ਼ਨ ਦਿੱਤਾ ਉਸ ਤੋਂ ਬਾਅਦ ਮੈਂ ਹੋ ਗਿਆ ਸ਼ਾਰਟਲਿਸਟ ਮੈਂ ਅਗਲੇ ਦਿਨ ਮੈਨੂੰ ਕਾਲ ਆ ਗਈ ਤਾਂ ਫਿਰ ਮੈਂ ਇਹਨਾਂ ਨੂੰ ਪੁੱਛਿਆ ਦੋਸਤਾਂ ਨੂੰ ਮੈਂ ਕਿਹਾ ਕੀ ਕੁਝ ਗੱਲ ਹੋਈ ਹੁਣ ਮੈਨੂੰ ਤਾਂ ਇਦਾਂ ਸੀ ਕਿ ਮੈਨੂੰ ਕਾਲ ਆਈ ਮੈਨੂੰ ਪਤਾ ਨਹੀਂ ਉਹਨਾਂ ਨੂੰ ਆਏ ਕਿ ਨਹੀਂ ਉਹ ਕਹਿੰਦੇ ਨਹੀਂ ਆਈ ਮੈਂ ਦੂਜੇ ਨੂੰ ਫੋਨ ਕੀਤਾ ਉਹ ਕਹਿੰਦਾ ਮਨੂ ਵੀ ਨਹੀਂ ਹੈ ਮੈਂ ਸਭ ਨੂੰ ਪੁੱਛ ਲਿਆ ਕਿਸੇ ਨੇ ਕਿਹਾ ਮਨੂ ਨਹੀਂ ਹੈ ਅੱਛਾ ਫਿਰ ਮੈਂ ਹੋਰ ਸਤਵੇਂ ਅਸਮਾਨ ਤੇ ਮੈਂ ਕਿਹਾ ਖਾਲੀ ਮਨੂ ਕੋਲ ਆ ਗਈ ਤੇ ਖਾਲੀ ਮਨੂ ਬੁਲਾ ਰਿਹਾ ਮੈਂ ਬਹੁਤ ਖੁਸ਼ ਤਾਂ ਮੈਂ ਚਲੋ ਨੈਕਸਟ ਡੇ ਵਾਪਸ ਆਣਿਆ ਫਿਰ ਇਦਾਂ ਉਹਨਾਂ ਨੇ ਦੋ ਤਿੰਨ ਉਹ ਕੀਤੇ ਹਾਂ ਦੋ ਦੋ ਤਿੰਨ ਡਿਫਰੈਂਟ ਡਿਫਰੈਂਟ ਟੈਕ ਡਿਫਰੈਂਟ ਡਿਫਰੈਂਟ ਚੀਜ਼ਾਂ ਕੀਤੀ ਉਹਨਾਂ ਨੂੰ ਇਦਾਂ ਸੀ ਕਿ ਰੋਲ ਬਹੁਤ ਪ੍ਰੋਮਿਨੈਂਟ ਹੈ ਰਾਈਟ ਸ਼ਾਇਦ ਕਰੀਨਾ 2016 ਸਭ ਤੋਂ ਵੱਡੀ ਫਿਲਮ ਸੀਗੀ ਉਹਦੇ ਜਿੰਨਾ ਇੰਪੋਰਟੈਂਟ ਰੋਲ ਤਾਂ ਉਹਨਾਂ ਨੇ ਇਦਾਂ ਸੀ ਕਿ ਨਵਾਂ ਨਵਾਂ ਆਰਟਿਸਟ बट पसंद आए फिर उसके तरन बजाज तो डैडी करके तो मैं कहा कि ठीक है नंबर देता डैडी कॉल आई बोला ठीक है ठीक है मैं देखता हूँ उसका फोन कट करता और पापा मनु कहते कि यार तू यह सब की पसूड़ी पाई है यह सब थोड़ी करना और जो नॉर्मल जो आउटसाइडर तुम देखोगे तो सबीवुड लगता कि ਪੈਸਾ ਮਾਰ ਦੇ ਮਤਲਬ ਬਹੁਤ ਸਾਰੀ ਚੀਜ਼ਾਂ ਨੇ ਸਭ ਨੈਗੇਟਿਵ ਹੀ ਉਹ 2 ਘੰਟੇ ਦੀ ਫਿਲਮ ਤੋਂ ਇਲਾਵਾ ਹਮ ਤੇ ਉਹ ਜਾਣ ਨੂੰ ਰਾਜ਼ੀ ਨਹੀਂ ਤਾਂ ਫਿਰ ਮੈਂ ਵਾਪਸ ਕਾਲ ਲਈ ਤੇ ਫਿਰ ਉਹਨਾਂ ਦੀ ਕਾਲ ਆਈ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਵਾਰ ਆਓ ਆਫਿਸ ਸਾਨੂੰ ਮਿਲ ਕੇ ਚਲੇ ਜਾਓ ਸੰਡੇ ਨੂੰ ਹਮ ਤੁਹਾਡੇ ਵੀ ਛੁੱਟੀਆਂ ਆਓ ਤੇ ਮਿਲ ਕੇ ਚਲੇ ਜਾਓ ਨਹੀਂ ਪਸੰਦ ਨਹੀਂ ਕਰਨਾ ਨਾ ਕਰੋ ਨਾ ਕਰੋ ਆ ਜਾਓ ਸਾਡੇ ਨਾਲ ਚਾਹ ਪੀਓ ਬੈਠੋ ਤੇ ਚਲੇ ਜਾਓ ਹਮ ਤੇ ਇਦਾਂ ਤੁਹਾਡੇ ਪਾਪਾ ਕਨਵਿੰਸ ਹੋ ਉਹਦੇ ਪਿੱਛੇ ਵੀ ਮੈਂ ਜਦੋਂ ਫੋਨ ਆਇਆ ਨਾ ਤਾਂ ਮੈਂ ਲੋਣਾਵਲਾ ਸੀਗਾ ਅੱਛਾ ਹਿਲ ਸਟੇਸ਼ਨ ਹੈ ਬੰਬੇ ਤੋਂ 200 ਕਿਲੋਮੀਟਰ ਦੂਰ ਹਾਂ ਮੈਂ ਆਪਣੇ ਕਜ਼ਨਸ ਨਾਲ ਲੋਨਾਵਲਾ ਸੀਗਾ ਤਾਂ ਸ਼ਾਮ ਨੂੰ ਕਾਲ ਹੈ ਕਿ ਕੱਲ ਸਵੇਰੇ ਸੈਟਰਡੇ ਕਾਲ ਹੈ ਕੱਲ ਸਵੇਰੇ ਆ ਜਾਓ ਅੱਛਾ ਪਾਪਾ ਦੀ ਮਨੂ ਕਾਲ ਹੈ ਕਿ ਮੈਂ ਤੂੰ ਹੈ ਨਹੀਂ ਤਾਂ ਮੈਂ ਕਿੱਦਾਂ ਕਰਾਂ ਮੈਂ ਬੋਲਾ ਮੈਂ ਕੀ ਹੈ ਨਹੀਂ ਮੈਂ ਤਾਂ ਹੁਣੇ ਆ ਰਿਹਾ ਅੱਛਾ ਉਹ 200 ਕਿਲੋਮੀਟਰ ਤੋਂ ਹਾਂ ਮੈਂ ਉਸੇ ਟਾਈਮ ਮੈਂ ਮੇਰੇ ਕਜ਼ਨ ਨੂੰ ਬੋਲਿਆ ਮੈਂ ਚਾਚਾ ਨੂੰ ਬੋਲਿਆ ਕਿ ਚਲੋ ਮਨੂ ਬੱਸ ਸਟੇਸ਼ਨ ਛੋੜ ਦਿਓ ਉੱਥੇ ਕਿ ਉੱਥੇ ਕਹਿੰਦੇ ਬੱਸ ਹੈ ਨਹੀਂ ਸਵੇਰ ਦੀ ਪਹਿਲੀ ਬੱਸ 7 ਵਜੇ ਦੀ ਹੈ ਉਹ ਵੀ ਲੋਕਲ ਬੱਸ ਉਹ ਜਿੱਦਾਂ ਉਹ

ਉਦੋਂ ਆਪਾ ਇਤਨੇ ਨਹੀਂ ਸੀਗੇ ਸਾਡੇ ਕੋਲ ਗੱਡੀ ਵਗੈਰ ਨਹੀਂ ਸੀ ਮੇਰੇ ਜੋ ਮੇਰੇ ਗ੍ਰੈਂਡਫਾਦਰ ਨੇ ਟੈਕਸੀ ਚਲਾਉਂਦੇ ਸੀ ਜੀ ਤਾਂ ਮੈਂ ਪਹਿਲੇ ਹੀ ਆਪਾ ਨੂੰ ਫੋਨ ਤੇ ਬੋਲੇ ਸੀ ਕਿ ਆਪਾ ਟ੍ਰੇਨ ਚ ਚੱਲ ਜਾਗੇ ਜਾਂ ਟੈਕਸੀ ਕਰਕੇ ਜਾਉਂਗੇ ਤੁਸੀਂ ਦਾਦਾ ਦੀ ਟੈਕਸੀ ਨਾਲ ਲੈ ਕੇ ਆਇਓ ਅੱਛਾ ਉਹ ਫਿਰ ਵੀ ਉਦਾਂ ਉਹਨਾਂ ਨੂੰ ਲੱਗਾ ਕਿ ਉਹ ਟੈਕਸੀ ਲੈ ਕੇ ਆਉਣ ਮੈਂ ਪਹਿਲੇ ਹੀ ਥੋੜਾ ਕੌਨਸ਼ੀਅਸ ਹੋ ਗਿਆ ਕਿ ਯੂ ਨੋ ਫਿਲਮ ਇੰਡਸਟਰੀ ਇੰਨੀ ਇਤਨਾ ਜਾ ਰਹੇ ਹਨ ਟੈਕਸੀ ਲਾ ਕੇ ਬਟ ਫਿਰ ਵੀ ਉਹ ਉਦਾਂ ਆਪਾ ਸਟਾਰਟ ਕੀਤੀ ਉਧਰ ਗਈ तो मीटिंग ते अंदर बैठे मैं पहला प्रोडक्शन हाउस देख के पागल क्योंकि फैंटम कपूर अनुराग कश्यप फिर मेन दो चलो ऑफिस आ जाओ मीटिंग कर दिया मैं जिदा ही एंटर राइट साइड बोर्ड लगे शाहिद कपूर करीना कपूर आलिया भट्ट दिलजीत दुसंज और आयुषमान खुरान कौन करूगा दिलजीत बाद मेरी फोटो ਤਾਂ ਤੇ ਹੋ ਰ ਅਸਮਾਨ ਤੇ ਕਿ ਸ਼ਾਹਿਦ ਕਰੀਨਾ ਆ ਲਿਆ ਦਜੀਤ ਤੇ ਪ੍ਰਭਜੋਤ ਮਤਲਬ ਕਿ ਕੋਈ ਮੇਲ ਮਿਲਾਪ ਸੈਂਸ ਕੁਝ ਹੈ ਨਹੀਂ ਤਾਂ ਸੁਪਨਾ ਜਿਹਾ ਲੱਗਦਾ ਸੀ ਹੈ ਨਾ ਉਦੋਂ ਤਾਂ ਜਮਾ ਹੀ ਮਤਲਬ ਯੂ ਕੈਨਟ ਉਹ ਹੀ ਹੈ ਕਿ ਮਨੇ ਤੁਸੀਂ ਕੀ ਸੋਚ ਲੋਗੇ ਰੱਬ ਤੁਹਾਨੂੰ ਕੀ ਦੇ ਸਕਦਾ ਨਾ ਉਹ ਉਹਦਾ ਕੋਈ ਹੋ ਹੈ ਹੀ ਨਹੀਂ ਇਹ ਬਹੁਤ ਵੱਡੀ ਗੱਲ ਆ ਬਿਕ ਪ੍ਰਭਜੋਤ ਮਾਲਕ ਤੋਨੇ ਲਿਖਿਆ ਪਿਆ ਤੁਹਾਡੀ ਜਰਨੀ ਦੇ ਵਿੱਚ ਹੈ ਨਾ ਪਰ ਤੁਹਾਡਾ ਕੰਮ ਮਿਹਨਤ ਕਰਨਾ ਹੂੰ ਹੂੰ ਤੇ ਉਹਨੇ ਤੁਹਾਨੂੰ ਅਪਰਚੂਨਿਟੀ ਦਿੱਤੀ ਆ ਤੇ ਤੁਸੀਂ ਗ੍ਰੈਬ ਕਰ ਲਈ ਡੈਫੀਨਿਟਲੀ ਅੱਛਾ ਫਿਰ ਉਸ ਤੋਂ ਬਾਅਦ ਉਹ ਇਹ ਦੇਖੋ ਨਾ ਤੁਸੀਂ ਹੁਣ ਹੁਣ ਚਲੋ ਆਪਾਂ ਬੈਕ ਉਧਰ ਜਾ ਕੇ ਸੋਦੇ ਬਟ ਹੁਣ ਮੈਨੂੰ ਇਦਾਂ ਲੱਗਦਾ ਕਿ ਯਾਰ ਤੁਸੀਂ ਸੋਚੋ ਕਿ ਮੈਂ ਉਸ ਵੇਲੇ ਉਸ ਟੈਕਸੀ ਚਾਸੀ ਜੋ ਸਾਢੇ ਜੋ ਮੇਰੇ ਦਾਦਾ ਚਲਾਉਂਦੇ ਸੀ ਹਾਂ ਤੇ ਹੁਣ ਜਿਹਦੇ ਨਾਲ ਮੈਂ ਕੁਰਸੀ ਤੇ ਬੈਠਿਆ ਸ਼ਾਇਦ ਕਰੇ ਨਾ ਅੱਜ ਦੇ ਦਿਨ ਸਭ ਰੋਲਜ਼ ਰੋਲਜ਼ ਤੇ ਰੇਂਜ ਰੋਵਰ ਮਰਸੀਡੀਜ਼ ਮਤਲਬ ਕਿ ਜੇ ਰੱਬ ਦੀ ਮਰਜ਼ੀ ਹੈ ਤਾਂ ਤੁਸੀਂ ਕਿੱਥੋਂ ਦੀ ਵੀ ਕਿੱਥੇ ਵੀ ਹੋ ਕਿੱਥੇ ਵੀ ਕੋਈ ਲਿਮਟ ਨਹੀਂ ਹੈ ਨਹੀਂ ਹੈ ਰੱਬ ਦੀ ਰਜ਼ਾ ਦੀ ਬਿਲਕੁਲ ਤਾਂ ਉਹੀ ਚੀਜ਼ ਹੁਣ ਹਿੱਟ ਹੁੰਦੀ ਹੈ ਹੁਣ ਸਮਝ ਆਉਂਦੀ ਹੈ ਕਿ ਮਤਲਬ ਰੱਬ ਦੀ ਰਜ਼ਾ ਚ ਰਹੋ ਤੇ ఎవਰੀਥਿੰਗ ਇਜ਼ ਪੋਸੀਬਲ ਤੇ ਤੁਸੀਂ ਹੈ ਵੀ ਰੱਬ ਦੀ ਰਜ਼ਾ ਚ ਤੇ ਜਿਵੇਂ ਆਪਾਂ ਸਟਾਰਟਿੰਗ ਚ ਵੀ ਗੱਲ ਕੀਤੀ ਹੈ ਵੀ ਤੁਸੀਂ ਸਾਬਤ ਸੂਰਤ ਉਸ ਇੰਡਸਟਰੀ ਦੇ ਵਿੱਚ ਵਿਚਰ ਰਹੇ ਹੋ ਜਿਵੇਂ ਦਲਜੀਤ ਹੋਰਾਂ ਦਾ ਕਾਫੀ ਨਾ ਆਈ ਉਹਨਾਂ ਨੇ ਇੱਕ ਇੱਕ ਕਾਫੀ ਜਗ੍ਹਾ ਬਣਾ ਦਿੱਤੀ ਆ ਜਿਹੜੇ ਅਸਲੀਅਤ ਦੇ ਵਿੱਚ ਪੱਗ ਨਾਂ ਵਾਲੇ ਲੋਕਾਂ ਨੂੰ ਹੈਨਾ ਤੇ ਉਸ ਤੋਂ ਬਾਅਦ ਕਿਹੜੇ ਕਿਹੜੇ ਨੇ ਤੁਹਾਡੇ ਜਿਹੜੇ ਤੁਸੀਂ ਨਾਮ ਆਂਦਾ ਜੇ ਜ਼ਿਕਰ ਕਰਨਾ ਚਾਹੂੰ ਵੀ ਕੌਣ ਕੌਣ ਆਇਆ ਇਸ ਵਕਤ ਤੇ ਜਿਹੜੇ ਸਾਬਤ ਸੂਰਤ ਜਾਂ ਫਿਰ ਪੱਗ ਜਿਹੜੀ ਅਸਲੀ ਪੱਗ ਬਣ ਕੇ ਫਿਲਮ ਇੰਡਸਟਰੀ ਚ ਵਿਚਰ ਰਹੇ ਆ ਇਦਾਂ ਤੇ ਦੇਖੋ ਆਰਟਿਸਟ ਤਾਂ ਬਹੁਤ ਸਾਰੇ ਨੇ ਕਾਫੀ ਸਾਰੇ ਆਰਟਿਸਟ ਕੰਮ ਕਰ ਰਹੇ ਨੇ ਬਟ ਰਾਈਟ ਨਾਓ ਜੇ ਮੇਜਰਲੀ ਜਿਨ੍ਹਾਂ ਨੇ ਕੰਮ ਕੀਤਾ ਉਹ ਇਹ ਸੀ ਕਿ ਦਿਲਜੀਤ ਪਾਜੀ ਕੀਤਾ ਥੈਨ ਮਨਜੋਤ ਹੈ ਹੂੰ ਉਹ ਜਿਹੜਾ ਮੁੰਡਾ ਫੁਕਰੇ ਫੁਕਰੇ ਰਿਟਰਨ ਫੁਕਰੇ ਹਾਂਜੀ ਹਾਂਜੀ ਉਹਨਾਂ ਨੂੰ ਉਹਨਾਂ ਨੂੰ ਮੈਂ ਕਾਫੀ ਮਨਜੋਤ ਨੂੰ ਵੀ ਕਾਫੀ ਵਾਰੀ ਮਿਲਿਆ ਕਿੱਥੇ ਨਾ ਕਿਤੇ ਆਪਾਂ ਅਵਾਰਡ ਸ਼ੋ ਜਾਇਆ ਆਡੀਸ਼ਨ ਜਾਂ ਕਿੱਥੇ ਆਫਿਸ ਚ ਮਿਲ ਜੰਨੇ ਆ ਹੂੰ ਤੇ ਦਿਲਜੀਤ ਬਾਜੀ ਮਨਜੋਤ ਤੇ ਛੋਟੇ ਆਈ ਥਿੰਕ ਸੋ ਮੈਂ ਇਹੀ ਕਹਾਂ ਕਿ ਕਿਉਂਕਿ ਹੋਰ ਇੰਨੇ ਜ਼ਿਆਦਾ ਉਹ ਹੈ ਨਹੀਂ ਬਟ ਦੈਨ ਇਦਾਂ ਨਹੀਂ ਹੈ ਕਿ ਹੋਰ ਆਰਟਿਸਟ ਹੈ ਨਹੀਂ ਬਹੁਤ سارے ਆਰਟਿਸਟ ਨੇ ਬਹੁਤ سارے ਆਰਟਿਸਟ ਨੇ ਜੋ ਟ੍ਰਾਈ ਕਰ ਰਹੇ ਨੇ ਬਹੁਤ سارے ਪ੍ਰੋਪਰ ਪੱਗਾ ਸਾਬਤ ਛੋਟੇ ਲੈਵਲ ਤੇ ਜਿਵੇਂ ਜਿਨ੍ਹਾਂ ਕੀ ਕੋਈ ਸੀਰੀਅਲ ਕਰ ਰਹੇ ਠੇਟਰ ਚ ਵੀ ਕੰਮ ਕਰ ਰਹੇ ਨੇ ਠੇਟਰ ਚ ਕੰਮ ਕਰ ਰਹੇ ਨੇ ਸੀਰੀਅਲਸ ਕਰ ਰਹੇ ਨੇ ਅਸਿਸਟ ਕਰ ਰਹੇ ਨੇ ਤਾਂ ਕਿ ਸਿੱਖਣ ਤਾਂ ਕਿ ਉਤਬਾਦ ਫਿਰ ਆਣ ਬਿਲਕੁਲ ਤੇ ਉਹ ਸਾਰਾ ਕੁਝ ਉਹ ਵੀ ਮੈਨੂੰ ਇਦਾਂ ਲੱਗਦਾ ਕਿ ਹੁਣ ਇਹ ਸਭ ਚੀਜ਼ਾਂ ਉਹਨੂੰ ਬਾਅਦ ਚ ਰਿਅਲਾਈਜ਼ ਹੋਏ ਜਦੋਂ ਮੈਂ ਇੰਡਸਟਰੀ ਚ ਆ ਗਿਆ ਜਦੋਂ ਫਿਲਮ ਰਿਲੀਜ਼ ਹੋਈ 2016 ਛੋਟਾ ਪੰਜਾਬ ਉਹਦੇ ਤੋਂ ਪਹਿਲੇ ਅ ਦਿਲਜੀਤ ਨੇ ਉਹ ਇੱਕ ਟ੍ਰੈਂਡ ਸੈੱਟ ਕੀਤਾ ਕਿ ਯੂ نو ਸਰਦਾਰ ਪਗੜੀ ਬਨ ਕੇ ਮੇਨਸਟ੍ਰੀਮ ਸਿਨੇਮਾ ਚ ਆ ਰਿਹਾ ਰਾਈਟ ਐਂਡ ਦੈਨ ਆਪੋਜੀਟ ਕਰੀਨਾ ਕਪੂਰ ਐਂਡ ਨਾਟ ਜਸਟ ਦੈਟ ਫਿਲਮ ਉਹ ਤੋਂ ਬਾਅਦ ਉਹਨੇ ਹੋਰ ਕੰਮ ਕੀਤਾ ਹਾਂ ਬਹੁਤ ਸਾਰਾ ਕੰਮ ਕੀਤਾ ਫਲੋਰੀ ਕੀਤੀ ਅਰਜੁਨ ਪਟਿਆਲਾ ਕੀਤੀ ਹੁਣ ਉਹਦੀ ਫਿਲਮ ਆਈ ਸੀ ਗੁੱਡ ਨਿਊਜ਼ ਦੈਟ ਵਾਸ ਅ ਵੈਰੀ ਵੈਰੀ ਬਿਗ ਹਿਟ ਵੈਰੀ ਬਿਗ ਹਿਟ ਜਸਟ ਤੇ ਉਹ ਉਹ ਜੋ ਸੈਂਸੇਸ਼ਨ ਸੀ ਉਹ ਤਾਂ ਪੰਜਾਬ ਤੋਂ ਬਾਅਦ ਸਟਾਰਟ ਹੋ ਗਈ ਸੀ ਕਿਉਂਕਿ ਪਹਿਲੇ ਇਹ ਤੋਂ ਪਹਿਲੇ ਨਾ ਕਦੇ ਬਾਲੀਵੁੱਡ ਚ ਸਰਦਾਰ ਕੈਰੈਕਟਰ ਲਿਖਦੇ ਨਹੀਂ ਸੀ ਜੇ ਸਕ੍ਰਿਪਟ ਆਈ ਹੋਈ ਹੈ ਨਾ ਚਲੋ ਠੀਕ ਹੈ ਇੱਕ ਪੰਜਾਬੀ ਲੈ ਲਓ ਇੱਕ ਸਰਦਾਰ ਦਿਖਾ ਤੋ ਇਦਾਂ ਹੁੰਦਾ ਸੀ ਹਾਂ ਬਹੁਤੀ ਵਾਰੀ ਪਰਬਜੋ ਤੇ ਇਹ ਹੁੰਦਾ ਵੀ ਕਿ ਜਿਵੇਂ ਜਿਹੜੇ ਬੰਬੇ ਫਿਲਮ ਇੰਡਸਟਰੀ ਦੇ ਵਿੱਚ ਅੱਗੇ ਤਿਆਰ ਕੀਤੇ ਜਾਂਦੇ ਸੀ ਜਿਹੜੇ ਸਿੱਖ ਕਰੈਕਟਰ ਜਾਂ ਤਾਂ ਉਹਨਾਂ ਲੋਕਾਂ ਦੀ ਮਜਬੂਰੀ ਹੁੰਦੀ ਸੀ ਕਿ ਉਹਨਾਂ ਨੂੰ ਪਗੜੀ ਬਾਰੇ ਪੱਗ ਬਾਰੇ ਜਾਣਕਾਰੀ ਹੋਈ ਨਹੀਂ ਸੀਗੀ ਰਾਈਟ ਟੋਪੀ ਬੰਗੂ ਰੱਖ ਕੇ ਪੱਗ ਨੂੰ ਵਰਤਿਆ ਜਾਂਦਾ ਸੀ ਹੈਨਾ ਤੇ ਜਿਵੇਂ ਦਾੜ੍ਹੀ ਵੀ ਨਕਲੀ ਲਾਉਣੀ ਪਰ ਹੁਣ ਲੋਕ ਮੈਨੂੰ ਇਹ ਨਹੀਂ ਲੱਗਦਾ ਵੀ ਮੈਨੂੰ ਇਹ ਲੱਗਦਾ ਹੁੰਦਾ ਕਿ ਹੁਣ ਲੋਕ ਸਮਝ ਚੁੱਕੇ ਆ ਇਸ ਗੱਲ ਨੂੰ ਬੰਬੇ ਫਿਲਮ ਇੰਡਸਟਰੀ ਵੀ ਸਮਝ ਚੁੱਕੀ ਆ ਵੀ ਵਾਕਈ ਰਿਐਲਿਟੀ ਦੇ ਵਿੱਚ ਸਾਨੂੰ ਦਿਖਾਉਣਾ ਪੈਣਾ ਹੈ ਨਾ ਦੇਖੋ ਉਦੋਂ ਗੱਲ ਡਿਫਰੈਂਟ ਸੀ ਉਹਦੋਂ ਉਹਨੇ ਰਿਸੋਰਸਸ ਨਹੀਂ ਸੀਗੇ ਉਦੋਂ ਉਹਨੇ ਐਕਟਰਸ ਨਹੀਂ ਸੀਗੇ ਉਦੋਂ ਇੰਟਰਨੈਟ ਦਾ ਐਕਸੈਸ ਨਹੀਂ ਸੀ ਹੁਣ ਜਿੱਦਾਂ ਸਮਝੋ ਜੇ ਕੋਈ ਫਿਲਮ 'ਚ ਕੰਮ ਕਰ ਰਿਹਾ ਜੇ ਮੇਰਾ ਕਾਸਟਿਮ ਸਟਾਈਲਿਸਟ ਡਿਜ਼ਾਈਨਰ ਜੋ ਵੀ ਹੈ ਉਹ ਬੰਗਾਲੀ ਹੈ ਉਹਨੂੰ ਕਿੱਦਾਂ ਪਤਾ ਪਗੜੀ ਕਿੱਦਾਂ ਬੰਨੀ ਆ ਪਗੜੀ ਕਿਵੇਂ ਬੰਨੀ ਆ ਕਿੰਨੀ ਵਾਰ ਹੁਣ ਤੱਕ ਮੇਰੇ ਨਾਲ ਹੁੰਦਾ ਜਦ ਮੈਂ ਨਵਾਂ ਨਵਾਂ ਸੀਗਾ 2016 17 18 ਜੋ ਮੈਂ ਕੰਮ ਕੀਤਾ ਸਟਾਰਟਿੰਗ ਦੇ 2 3 ਚਾਰ ਉਦੋਂ ਇਦਾਂ ਹੁੰਦਾ ਸੀ ਕਿ ਜੋ ਪਗ ਬੰਨਣਾ ਮੈਨੂੰ ਵੀ ਪਗ ਬੰਨਣਾ ਆਂਦੇ ਨਹੀਂ ਸੀ ਉਹ ਜਿਹੜੇ ਆਂਦੇ ਸੀਗੇ ਉਹਨਾਂ ਨੂੰ ਖੁਦ ਨੂੰ ਹੀ ਨਹੀਂ ਆਂਦੀ ਸੀ ਉਹ ਇਦਾਂ ਹੀ ਤੇੜੀ ਮੇੜੀ ਕਿੱਦਾਂ ਵੀ ਕਰਦੇ ਨੇ ਬਟ ਮੈਂ ਕਹਾਂ ਕਿ ਯਾਰ ਮੈਂ ਇਦਾਂ ਥੋੜੀ ਜਾਊਂਗਾ ਕਿ ਮੈਂ ਤਾਂ ਬੰਨੀ ਆ ਨਾ ਹੂੰ ਜੇ ਕੋਈ ਨੌਨ ਸਿੱਖਾ ਉਹਨੂੰ ਤਾਂ ਪਤਾ ਹੀ ਨਹੀਂ ਕਿੱਦਾਂ ਹੁੰਦੀ ਆ ਬਿਲਕੁਲ ਮੈਂ ਬੰਨੀ ਆ ਮੈਨੂੰ ਪਤਾ ਕਿੱਦਾਂ ਹੁੰ ਬਟ ਹੁਣ ਜੇ ਜਿੱਦਾਂ ਟਾਈਮ ਹੋ ਰਿਹਾ ਅੱਜ ਜਿਹੜੇ ਚ ਟਰਬਨ ਸਟਾਈਲਿਸ਼ ਨੇ ਹਾਂ ਇਹ ਬਹੁਤ ਵੱਡੀ ਗੱਲ ਆ ਟਰਬਨ ਸਟਾਈਲਿਸ਼ ਨੇ ਮੈਂ ਜਾਣਦਾ ਜੱਸੀ ਜੱਸੀ ਪਾਜੀ ਕਰਕੇ ਨੇ ਮੇਰੇ ਏਰੀਆ 'ਚ ਰਹਿੰਦੇ ਨੇ ਆ ਨਾ ਆਪਾਂ ਇਕੱਠੇ ਆ ਤੇ ਉਹਨਾਂ ਨੇ ਮਨੂ ਵੀ ਕਿੰਨੀ ਵਾਰੀ ਬੰਦਿਆ ਕਿੰਨੀ ਵਾਰੀ ਮੇਰੇ ਅਵਾਰਡ 'ਚ ਹੁੰਦੇ ਕੋਈ ਇਵੈਂਟਸ ਹੁੰਦਾ ਮੈਂ ਮੇਰੀ ਵੀ 19 ਸਟਾਰਟਿੰਗ 'ਚ ਪਰਫੈਕਟਲੀ ਮੈਂ ਉਹਨਾਂ ਕੋਲੋਂ ਸਿੱਖੀ ਆ ਉਹਨਾਂ ਕੋਲੋਂ ਬੰਦੀ ਉਹਨਾਂ ਨੇ ਸ਼ਾਹਰੁਖ ਖਾਨ ਕਹਿ ਲੋ ਰਿਸ਼ੀ ਕਪੂਰ ਕਹਿ ਲੋ ਸੈਫ ਅਲੀ ਖਾਨ ਆਈ ਥਿੰਕ ਸੋ ਜਿੰਨੇ ਵੀ ਅਜੇ ਦੇ ਮਤਲਬ ਜਿੰਨੇ ਵੀ ਏ ਲਿਸਟ ਕਰਦੇ ਉਹਨਾਂ ਨੇ ਸਭ ਨੂੰ ਕੀਤੀ ਐ ਐਂਡ ਆਈ ਥਿੰਕ ਸੋ ਉਹਨਾਂ ਦੇ ਕਰਕੇ ਅਜ ਡੇਟ ਚ ਜੇ ਕਾਸਟਿਮ ਦੀ ਟੀਮ ਜੇ ਕੋਈ ਐਕਟਰ ਸਰਦਾਰ ਹੈ ਨਾ ਤੁਹਾਨੂੰ ਔਨ ਸੈੱਟ ਕਾਸਟਿਮ ਦੀ ਟੀਮ ਚ ਪ੍ਰੋਪਰ ਇੱਕ ਸਰਦਾਰ ਮੁੰਡਾ ਆ ਪੰਜਾਬ ਤੋਂ ਕੋਈ ਬੰਦਾ ਮਿਲੇਗਾ ਜਿਹਨੂੰ ਪਗ ਬੰਨਣ ਪ੍ਰੋਪਰ ਪਰਫੈਕਟ ਆ ਪ੍ਰੋਪਰਲੀ ਹਾਂ ਤਾਂ ਕਿ ਜੋ ਐਕਟਰ ਹੋਵੇ ਉਹ ਵੀ ਕੰਫਰਟੇਬਲ ਹੋਵੇ ਤੇ ਜਿਹੜੀ ਸਕਰੀਨ ਤੇ ਉਹ ਲੱਗੇ ਉਹ ਲਗਣਾ ਚ ਰਿਹਾ ਕਿਉਂਕਿ ਜਦ ਤੁਸੀਂ ਪਗ ਬੰਨਿਓ ਨਾ ਉਹਦੇ ਇੱਕ ਡਿਫਰੈਂਟ ਰੋਬ ਆ ਹਮਮ ਰਾਈਟ ਜੇ ਤੂੰ ਕਿਦਾਂ ਵੀ ਗੋਲ ਕੁਮਾ ਲੇਗੇ ਉਹਦੇ ਮਜ਼ਾ ਨਹੀਂ ਆਏ ਨਾ ਨਾ ਬਿਲਕੁਲ ਜੋ ਪਰਫੈਕਟ ਹੋਏਗੀ ਨਾ ਤੋ ਦਿਖ ਕੇ ਆਂਦੀ ਹੈ ਤੋ ਉਹਨਾਂ ਨੂੰ ਵੀ ਉਹ ਚੀਜ਼ ਚਾਹੀਦੀ ਹੈ ਹਮ ਉਹ ਜੇ ਆਪਾਂ ਪਹਿਲੇ ਦੀ ਗੱਲ ਕਰੀ ਉਹਨਾਂ ਦੇ ਕੋਲ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਬੜ ਜਾ ਹੁਣ ਪਤਾ ਹੋਣੀ ਹੈ ਅਪਰੀਸ਼ੀਏਟ ਕਰ ਰਿਹਾ ਫਰਸਟ ਥਿੰਗ ਤੇ ਦੂਜੀ ਗੱਲ ਦਿਲਜੀਤ ਧਿਆਨ ਦੇ ਕਰਕੇ ਨਾ ਉਹ ਚੀਜ਼ ਬਹੁਤ ਹੀ ਜ਼ਿਆਦਾ ਪੋਪੂਲਰਾਈਜ਼ केलं ਜਾਂ ਬਹੁਤ ਜ਼ਿਆਦਾ ਐਕਸੈਪਟੈਂਸ ਆ ਗਈ ਲੋਕਾਂ ਵਿੱਚ ਹਾਂ ਹੁਣ ਐਕਸੈਪਟ ਕਰਨ ਲੱਗੇ ਕਿ ਆਹਾ ਆ ਰਾਈਟ ਦਿਸ ਇਜ਼ ਅ ਰਾਈਟ ਰਾਈਟ ਸੇਕਾ ਰਾਈਟ ਪੱਗਾ ਰਾਈਟ ਇਸ ਤਰ੍ਹਾਂ ਦਾ ਬਿਹੇਵਰ ਇਹਨਾਂ ਦਾ ਰਾਈਟ ਉਹ ਆਈ ਨਹੀਂ ਸੀਗਾ ਹੁਣ ਕੋਸ਼ਿਸ਼ ਇਹ ਕਰਦੇ ਆ ਹਾਂ ਲਫਟਰ ਖਤਮ ਆ ਉਹ ਅੱਗੇ ਹੁਣ ਇਹ ਕਰਦੇ ਆ ਵੀ ਜੇ ਅਸੀਂ ਸਿੱਖ ਕਰੈਕਟਰ ਲਿਆਉਣਾ ਨਾ ਉਹਦੀ ਜਿਹੋ ਜੀ ਪਰਸਨੈਲਿਟੀ ਸਿੱਖਾਂ ਦੀ ਹੈ ਉਹੋ ਜੀ ਪੇਸ਼ ਕੀਤੀ ਜਾਵੇ ਹਨਾ ਹਜੇ ਵੀ ਚਲੋ ਇਹ ਨਹੀਂ ਮੈਂ ਕਹਿੰਦਾ ਕਿ 100% ਹੀ ਉਹ ਚੀਜ਼ਾਂ ਹੋਣ ਲੱਗ ਗਈਆਂ ਪਰ ਕਾਫੀ ਹੱਦ ਤੱਕ ਇਹ ਫਰਕ ਪਿਆ ਬਹੁਤ ਜ਼ਿਆਦਾ ਅੱਛੀ ਹੈ ਸੇਕ੍ਰੇਡ ਗੇਮਸ ਦੇਖੋ ਹਾਂ ਹਾਂ ਉਹ ਸੈਫ ਅਲੀ ਖਾਨ ਦੀ ਜੋ ਕੈਰੈਕਟਰ ਸੀ ਜੋ ਸਟੋਰੀ ਬੈਕਗ੍ਰਾਉਂਡ ਸਕੈਚ ਸਾਰਾ ਕੁਝ ਫੈਬੂਲਸ ਉਹ ਇੱਕ ਰਡਵੀਰ ਕਪੂਰ ਦੀ ਮੂਵੀ ਆਈ ਸੀਗੀ ਰਾਕਟ ਸਿੰਘ ਰਾਕਟ ਸਿੰਘ ਉਹਦੇ ਚ ਉਹਨੇ ਰਾਕਟ ਸਿੰਘ ਵਿੱਚ ਵੀ ਉਹਨੇ ਹੀ ਪਗੜੀ ਬੰਦੀ ਹੈ ਜੱਸੀ ਨਹੀਂ ਅੱਛਾ ਜੱਸੀ ਸੈਕ੍ਰੇਡ ਗੇਮਸ ਚ ਉਸ ਨਹੀਂ ਬੰਦੀ ਹੈ ਹਾਂ ਰੌਕੇਟ ਸਿੰਘ ਜਿੱਦਾਂ ਦੇ ਫਿਲਮ ਸੀ ਉਹ ਸੇਲਸਮੈਨ ਵਾਲੀ ਵੈਰੀ ਨਾਈਸ ਕਨਸੈਪਟ ਵੈਰੀ ਨਾਈਸ ਮੈਂ ਕਹਿੰਦਾ ਮੈਂ ਬਹੁਤ ਕਮਾਲ ਫਿਲਮ ਹੈ ਜੇ ਮੈਂ ਬੰਬੇ ਫਿਲਮ ਇੰਡਸਟਰੀ ਦੇ ਕੁਝ ਫਿਲਮਾਂ ਚੋਣੀਆਂ ਹੋਣ ਨਾ ਰੌਕੇਟ ਸਿੰਘ ਇਜ਼ ਦ ਬੈਸਟ ਮੂਵੀ ਮੈਂ ਇਹ ਕਹਿੰਦਾ ਵੀ ਉਹ ਸਾਨੂੰ ਹਰ ਆਪਦੇ ਘਰੇ ਬੱਚੇ ਤੱਕ ਵੀ ਦਿਖਾਉਣ ਵਾਲੀ ਮੂਵੀ ਆ ਹੋਰ ਨਾਲੇ ਮੈਂ ਕਹਿੰਦਾ ਕਿ ਉਦਾਂ ਦੀ ਫਿਲਮ ਨੂੰ ਆਪਾਂ ਨੂੰ ਵੀ ਸਪੋਰਟ ਕਰਨਾ ਚਾਹੀਦਾ ਕਿਉਂਕਿ ਉਹਦਾ ਨਾਮ ਵੀ ਰਾਕਟ ਸੀ ਆਪਣੀ ਕਮਿਊਨਿਟੀ ਸਾਰਾ ਕੁਝ ਸਰਦਾਰ ਪ੍ਰੋਪਰ ਐਂਡ ਪੂਰੇ ਪ੍ਰੋਪਰ ਤਰੀਕੇ ਤੋਂ ਚੀਜ਼ ਹੋਈ ਹੈ ਬਿਲਕੁਲ ਬਿਲਕੁਲ ਸੋ ਇਹ ਇਹ ਬਹੁਤ ਵੱਡੀ ਮਾਨ ਵਾਲੀ ਗੱਲ ਆ ਵੀ ਤੁਸੀਂ ਜਿਵੇਂ ਹੁਣ ਇਹ ਫਿਲਮ ਇੰਡਸਟਰੀ ਦੇ ਵਿੱਚ ਕੋਈ ਟ੍ਰੈਂਡ ਚੇਂਜ ਹੋਇਆ ਹੈ ਨਾ ਤੇ ਦੂਜਾ ਇਹ ਆ ਵੀ ਕਿ ਤੁਸੀਂ ਸਾਬਤ ਸੂਰਤ ਹੈ ਨਾ ਕਿ ਇੱਕ ਫਿਲਮ ਇੰਡਸਟਰੀ ਦੇ ਵਿੱਚ ਜਿਵੇਂ ਦਲਜੀਤ ਆ ਮਨਜੋਤ ਆ ਪ੍ਰਭਜੋਤ ਤੁਸੀਂ ਆ ਮਤਲਬ ਤਿੰਨੇ ਜਾਣੇ ਸਾਬਤ ਸੂਰਤ ਕੰਮ ਕਰ ਰਹੇ ਹੋ ਪਗੜੀ ਰੱਖ ਕੇ ਹੈ ਨਾ ਸੋ ਚੰਗਾ ਲੱਗਦਾ ਸਾਨੂੰ ਸਾਡੇ ਜਿਹੜੇ ਜਿਹੜੇ ਪੰਜਾਬ ਵਾਲੇ ਵੀ ਨੇ ਜਾਂ ਦੁਨੀਆ ਭਰ ਦੇ ਵਿੱਚ ਵੀ ਜਿੰਨੇ ਸਿੱਖ ਵੱਸਦੇ ਨੇ ਹੈ ਨਾ ਸੋ ਸਾਰੀ ਮਾਣ ਮਹਿਸੂਸ ਕਰਦੇ ਆ ਕਿ ਜਦੋਂ ਸਾਨੂੰ ਕੋਈ ਜਿਹੜਾ ਦਸਤਾਰਤਾਰੀ ਅਸਲ ਦੇ ਵਿੱਚ ਸਿੱਖ ਕਰੈਕਟਰ ਸਕਰੀਨ ਤੇ ਦੇਖਦਾ ਹੈ ਨਾ ਤੇ ਆਪਾਂ ਵਾਪਸ ਫੇਰ ਉੱਥੇ ਚੱਲਦੇ ਆਂ ਔੜਤਾ ਪੰਜਾਬ ਵਾਲੀ ਕਹਾਣੀ ਆਪਣੀ ਵਿੱਚ ਰਹਿ ਗਈ ਇਹਦੇ ਨਾਲ ਹੈ ਨਾ ਅੱਛਾ ਫਿਰ ਤੁਹਾਨੂੰ ਕਾਸਟ ਕਰ ਲੈਂਦੇ ਆ ਮੈਂ ਜਿੱਦਾਂ ਹੀ ਮੈਂ ਕਿਹਾ ਆਫਿਸ ਦੇ ਅੰਦਰ ਆਣਾ ਪੂਰਾ ਸਕਰੀਨ ਲੱਗੇ ਤੇ ਉਹਨਾਂ ਨੇ ਫਿਰ ਸਟੋਰੀ ਸੁਣਾਈ ਕਿ ਇਹ ਸਟੋਰੀ ਹੈ ਤੇ ਸਟੋਰੀ ਜਿੱਦਾਂ ਹੀ ਖਤਮ ਹੋਏ ਸਕ੍ਰਿਪਟ ਨਰੇਸ਼ਨ ਖਤਮ ਹੋਣਾ ਲੇਗਾ ਕਿ ਇਹ ਸ਼ਾਹਦ ਕਪੂਰ ਹੈ ਇੱਕ ਕੈਰੈਕਟਰ ਕਰੀਨਾ ਹੈ ਇਹ ਆਲੀਆ ਹੈ ਇਹ ਸ਼ਾਇਦ ਹਲੇ ਦਿਲਜੀਤ ਜਾ ਹੋਵੇ ਤੇ ਇਹ ਪ੍ਰਭਜੋਤ ਕਰੇਗਾ

ਹੂੰ ਅੱਗੇ ਤਾਂ ਪੂਰੀ ਸਟੋਰੀ ਆ ਨਹੀਂ ਫਿਰ ਉੱਤੋਂ ਬਾਅਦ ਕਾਫੀ ਕੰਮ ਕੀਤਾ ਗੋਲਡ ਕੀਤੀ ਅਰਜੁਨ ਪਟਿਆਲਾ ਕੀਤੀ ਇਹਦੇ ਚ ਤੁਸੀਂ ਇਹਦੀ ਸ਼ੂਟਿੰਗ ਵੀ ਜਿਹੜਾ ਪੰਜਾਬ ਪੰਜਾਬ ਚ ਵੀ ਕੀਤੀ ਸੀ ਕੁਸ਼ਰਸ ਆ ਹਾਂ ਪੂਰੀ 80% ਜਿੰਨਾ ਵੀ ਸ਼ੂਟ ਹੈ 70 80% ਪੰਜਾਬ ਚ ਕੀਤੀ ਫਿਰ ਕਾਫੀ ਜਿਹੜੇ ਸੀਨ ਨੇ ਜਿੱਦਾਂ ਇੱਕ ਡਰੱਗਸ ਵਾਲਾ ਸੀਨ ਹੈ ਜੋ ਮੈਂ ਦਿਲਜੀਤ ਦੇ ਪਿੱਛੇ ਜਾ ਕੇ ਬਾਈਕ ਤੋਂ ਆ ਹੂੰ ਉਹ ਦਿਲਜੀਤ ਦੇ ਉੱਤੇ ਇੰਨੀ ਫੈਨ ਫੋਲੋਇੰਗ ਆ ਕਿ ਜੋ ਉੱਥੇ ਖੜ ਜਿੱਥੇ ਖੜੇ ਹੁੰਦੇ ਦੋ 22 3000 ਬੰਦਿਆਂ ਦੀ ਪਬਲਿਕ ਸ਼ੂਟਿੰਗ ਦੇਖਣ ਲਈ ਖੜੀ ਹੋ ਜਾਂ। ਹੂੰ। ਤਾਂ ਆਪਾਂ ਦੋ ਤਿੰਨ ਵਾਰ ਟਰਾਈ ਕੀਤਾ ਬਰਤਨ ਕਿਧਰੋਂ ਨਾ ਕਿਧਰੋਂ ਸ਼ੋਰ ਆ ਕੋਈ ਬੰਦਾ ਆ ਰਿਹਾ ਸੀ ਫਿਰ ਉਹ ਆਪਾਂ ਕੈਨਸਲ ਕਰਕੇ ਬੰਬੇ ਕੀਤੀ। ਅਹ ਅੱਛਾ। ਬੜਾ ਜ਼ਿਆਦਾਤਰ ਫਿਲਮ ਸਾਡੀ ਪੰਜਾਬੀ ਸ਼ੂਟ ਹੋਈ ਹੈ। ਓਕੇ ਠੀਕ ਹੈ। ਤੇ ਉਸ ਤੋਂ ਬਾਅਦ ਹੁਣ ਉਸ ਤੋਂ ਬਾਅਦ ਤੁਸੀਂ ਜਿਵੇਂ ਦੱਸਿਆ ਕਿ ਅਰਜਨ ਪਟਿਆਲਾ ਜਾਂ ਫਿਰ ਗੋਲਡ ਤੇ ਹੋਰ ਵੀ ਇਹਨਾਂ ਮੂਵੀਆਂ ਦੇ ਵਿੱਚ ਹੋਰ ਕਿਹੜੇ ਕਿਹੜੇ ਜ਼ਿਆਦੇ ਪ੍ਰੋਜੈਕਟ ਇਸ ਵਕਤ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਸਾਡੇ ਜਿਹੜੇ ਹੋ ਸਕਦਾ ਵੀ ਪਹਿਲਾਂ ਨੋਟਿਸ 'ਚ ਨਾ ਆਏ ਹੋਣ ਤੇ ਹੁਣ ਜਿਹੜੇ ਸਾਡੇ ਸਰੋਤੇ ਜਾਂ ਦਰਸ਼ਕ ਦੇਖਣਾ ਚਾਹੁੰਦੇ ਆ ਤੁਹਾਡਾ ਕਿਹੜੀਆਂ-ਕਿਹੜੀਆਂ ਜਿਹੜੀਆਂ ਮੂਵੀਜ਼ ਨੇ ਜਾਂ ਫਿਰ ਟੀਵੀ ਸ਼ੋਅ ਨੇ ਤੁਸੀਂ ਉਹਨਾਂ ਦੇ ਵਿੱਚ ਭਾਗ ਲਿਆ ਹਮ ਔਰਤਾ ਪੰਜਾਬ ਤੇ ਜ਼ਰੂਰ ਦੇਖਿਓ ਫਿਰ ਉਸ ਤੋਂ ਬਾਅਦ ਹੁਣ ਮੇਰੀ ਰੀਸੈਂਟਲੀ ਫਿਲਮ ਆਈ ਆ ਅਤੀਤੀ ਭੂਤ ਭਵ ਬਹੁਤ ਵਧੀਆ ਕਨਸੈਪਟ ਆ ਜੈਕੀ ਸ਼ਰੌਫ ਪ੍ਰਤੀਕ ਗਾਂਧੀ ਮੈਂ ਜੈਕੀ ਸ਼ਰੌਫ ਦੇ ਬਚਪਨ ਦਾ ਰੋਲ ਕੀਤਾ ਵੈ ਓਕੇ ਉਹਦੇ 'ਚ ਵੀ ਸਮਝੋ ਕਿ ਇੰਨਾ ਇੱਕ ਸਟੋਰੀ 'ਚ ਡਿਮਾਂਡ ਨਹੀਂ ਸੀ ਕਿ ਸਰਦਾਰ ਦੀ ਬਦਲ ਮਨੂ ਵੀ ਉਨਾਂ ਨੂੰ ਇੰਦਾ ਸੀ ਕਿ ਮਨੂਈ ਕਾਸਟ ਕਰਨਾ ਜੀ ਅੱਛਾ ਤੇ ਉਹ ਜੈਕੀ ਸ਼ੌਟ ਨੂੰ ਕਾਸਟ ਕਰਦਾ ਮੈਂ ਜੈਕੀ ਸ਼ੌਟ ਦੇ ਬਚਪਨ ਦਾ ਰੋਲ ਕੀਤਾ ਤੇ ਹੁਣ ਇੰਦਾ ਤੇ ਨਹੀਂ ਹੋ ਸਕਦਾ ਕਿ ਬਚਪਨ ਚ ਪੂਰਾ ਸਰਦਾਰ ਪ੍ਰੋਪਰ ਤੇ ਵੱਡੇ ਹੋ ਕੇ एकदम ही ਡਿਫਰੈਂਟ ਹੋ ਗਿਆ ਹੂੰ ਹੂੰ ਤੇ ਉਹ ਸਟੋਰੀ ਇੰਦਾ ਕੁਮਾਈ ਕਿ ਸਰਦਾਰ ਬੌ ਯੂਪੀ ਤੋਂ ਜਿਹੜੇ ਟਰੱਕ ਚਲਾਉਂਦੇ ਨੇ ਤੇ ਬਚਪਨ ਚ ਮੈਂ ਪੂਰਾ ਪ੍ਰੋਪਰ ਸਾਵਤ ਸੁਰਤ ਇੰਦਾ ਪੂਰਾ ਦਿਖਾਇਆ ਸ਼ੂਟ ਕੀਤਾ ਐਂਡ THEN ਵੱਡੇ ਹੋ ਕੇ ਉਹ ਜੈਕੀ ਸ਼ੌਟ ਤੇ ਅੱਛਾ ਬਹੁਤ ਪਿਆਰੀ ਲਵ ਲਵ ਵਾਲੀ ਸਟੋਰੀ ਹੈ ਹੂੰ ਕਾਮੇਡੀ ਹੈ ਥੋੜਾ ਜਿਹਾ ਭੂਤੀਆ ਐਂਗਲ ਹੈ ਕਿ ਉਹ ਪੁਨਰਜਨਮ ਹੁੰਦਾ ਤੇ ਉਹ G5 ਤੇ अवेलेबल ਹੈ ਜਰੂਰ ਜਾ ਕੇ ਦੇਖ ਅੱਛਾ G5 ਤੇ ਉੱਤੇ ਹੈ ਤੇ ਹੁਣ ਮੇਰੀ ਇੱਕ ਜੋ ਵੈਬ ਸੀਰੀਜ਼ ਕੀਤੀ ਹੈ ਕੈਨੇਡਾ ਥਿੰਗਸ ਉਹਦਾ ਐਪੀਸੋਡ 1 ਆਲਰੇਡੀ ਰਿਲੀਜ਼ ਹੋ ਚੁੱਕਾ ਹੈ ਤੇ ਉਹ ਵੀ YouTube ਤੇ अवेलेबल ਹੈ ਉਹ ਵੀ ਜਾ ਕੇ ਜਰੂਰ ਦੇਖਣ ਬਿਲਕੁਲ ਅਸੀਂ ਵੀ ਸਾਰੇ ਸਾਡੇ ਦੇਖਣ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਜਿਹੜੀਆਂ ਮੂਵੀਆਂ ਦਾ ਜ਼ਿਕਰ ਕੀਤਾ ਹੈ ਪ੍ਰਪ ਜੋ ਥੁਰਾਨੀ ਉਹ ਵੀ ਜਾ ਕੇ ਦੇਖਿਓ ਕੈਨੇਡਾ ਥਿੰਗਸ ਇਹਨਾਂ ਦੀ ਵੈਬ ਸੀਰੀਜ਼ ਇੱਥੇ ਸ਼ੂਟ ਹੋਈ ਆ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਉਹ ਵੀ ਉਹਦਾ ਵੀ ਪਹਿਲਾ ਐਪੀਸੋਡ ਆ ਗਿਆ ਹੈ ਬਹੁਤ ਸੋਹਣੀ ਸੀਰੀਜ਼ ਆ ਅੱਗੇ ਵਾਲੇ ਜਿਹੜੇ ਐਪੀਸੋਡ ਆਉਣਗੇ ਤੁਸੀਂ ਬਹੁਤ ਪਿਆਰ ਕਰੋਗੇ ਉਸ ਸੀਰੀਜ਼ ਨੂੰ ਤੇ ਉਹ ਵੀ ਜਰੂਰ ਜਾ ਕੇ ਦੇਖਣਾ ਚਾਹੀਦਾ ਹੈ ਹਨਾ ਤੇ ਮੈਂ ਵੀ ਆਪਣੀ ਕਮਿਊਨਿਟੀ ਨੂੰ ਇਹੀ ਕਹਿਣਾ ਕਿ ਦੇਖੋ ਜਿੱਦਾਂ ਆਪਾਂ ਵੀ ਮਿਹਨਤ ਕਰ ਰਹੇ ਆ ਸਾਬਤ ਕਰਦੇ ਆਪਣੇ ਉਸ ਚ ਤੇ ਮੈਂ ਵੀ ਆਪਣੀ ਕਮਿਊਨਿਟੀ ਨੂੰ ਕਹਿਣਾ ਕਿ ਯਾਰ ਜ਼ਰੂਰ ਸਪੋਰਟ ਕਰੋ ਸਾਨੂੰ ਵੀ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਨਾ ਕਰਨ ਦੀ ਕਿਉਂਕਿ ਅੱਜ ਦੀ ਸਾਰੀ ਦੁਨੀਆ ਇਹ ਸੋਸ਼ਲ ਮੀਡੀਆ ਦੀ ਹੈ ਜਰੂਰ ਸਾਨੂੰ ਫੋਲੋ ਕਰੋ ਸਾਡਾ ਕੋਈ ਪ੍ਰੋਜੈਕਟ ਆंदा ਸ਼ੇਅਰ ਕਰੋ ਕਿਉਂਕਿ ਜਦ ਸਾਡੇ ਲੋਕੀ ਐਕਸੈਪਟ ਕਰਨਾ ਸ਼ੁਰੂ ਕਰਨਗੇ ਨਾ ਸਾਨੂੰ ਤਾਂ ਆਪਾਂ ਬਾਹਰ ਜਾ ਕੇ ਕਿਸੇ ਨੂੰ ਕਹਿ ਸਕਦੇ ਆ ਕਿ ਵੇ ਆਪਾਂ ਬਾਲੀਵੁੱਡ ਹਾਲੀਵੁੱਡ ਤੱਕ ਅੱਗੇ ਤੱਕ ਜਾਣਾ ਰਾਈਟ ਬਿਲਕੁਲ ਬਟ ਜੇ ਆਪਾਂ ਕੋਈ ਪ੍ਰੋਜੈਕਟ ਕਰ ਰਹੇ ਹਾਂ ਕਿ ਮੈਂ ਤਾਂ ਇਹ ਤੋਂ ਬਲੇ ਚਲੋ ਖਾਲੀ ਬਾਲੀਵੁੱਡ ਹੀ ਕੰਮ ਕੀਤਾ ਬਟ ਹੁਣ ਜੇ ਮੈਂ ਪੰਜਾਬੀ ਪ੍ਰੋਜੈਕਟ ਕਰ ਰਹੇ ਹਾਂ ਬਟ ਮੈਂ ਐਕਟਰ ਹਿੰਦੀ ਫਿਲਮਸ ਕੀਤੀ ਨੇ ਤੇ ਮੇਰੀ ਕਾਫੀ ਆਡੀਅנס ਉੱਥੇ ਦੀ ਉਹ ਸਪੋਰਟ ਕਰਨ ਨਾਟ ਜਸਟ ਮੀ ਕੋਈ ਵੀ ਕੋਈ ਵੀ ਸਿੱਖ ਆਰਟਿਸਟ ਹੈ ਪਾਉ ਨਾਟ ਜਸਟ ਐਕਟਰ ਹੈ ਕੋਈ ਸਿੰਗਰ ਹੋ ਸਕਦਾ ਕੋਈ ਡਾਂਸਰ ਹੋ ਸਕਦਾ ਕੁਝ ਵੀ ਹੋ ਸਕਦਾ ਆਰਟ ਨੂੰ ਕਿਉਂਕਿ ਆਰਟ ਇੱਕ ਇਹੋ ਜੀ ਚੀਜ਼ ਹੈ ਜਿਹਦੇ ਮੀਡੀਅਮ ਤੋਂ ਯੂ ਕੈਨ ਰੀਚ ਲੈਕਸ ਆਫ ਪੀਪਲ ਐਂਟਰਟੇਨਮੈਂਟ ਇੰਡਸਟਰੀ ਇੰਦਾ ਦੀ ਹੈ ਬਾਕੀ ਗੱਲ ਇਹ ਵੀ ਹੈ ਪ੍ਰਭਜੋਤ ਜਿਹੜਾ ਜਦੋਂ ਇਹ ਇੰਡਸਟਰੀ ਜਿਹੜੀ ਹੈਗੀ ਆ ਕਿਉਂਕਿ ਅੱਜ ਕੱਲ ਸਕਰੀਨ ਹਰ ਇੱਕ ਦੇ ਹੱਥ 'ਚ ਆ ਹੂੰ ਤੁਸੀਂ ਆਪਦੇ ਡੈਸਕ ਤੇ ਬੈਠੇ ਹੋ ਤੁਹਾਡੇ ਲੈਪਟਾਪ ਡੈਸਕਟਾਪ ਤੁਹਾਡੇ ਮੂਰੇ ਆ ਜਾਂ ਫਿਰ ਤੁਸੀਂ ਘਰੇ ਬੈਠੇ ਹੋ ਤਾਂ ਤੁਹਾਡੇ ਟੀਵੀ ਮੋਰੇ ਆ ਸੋ ਅੱਜ ਕੱਲ ਸਕਰੀਨ ਦਾ ਜ਼ਮਾਨਾ ਸੋ ਇਹਦੇ ਰਾਹੀਂ ਅਸੀਂ ਕਾਫੀ ਪੋਜ਼ਿਟਿਵ ਮੈਸੇਜ ਵੀ ਆਪਣਾ ਡਿਲੀਵਰ ਕਰ ਸਕਦੇ ਆ ਸਾਡੇ ਜਿਹੜੇ ਕਾਫੀ ਨੋਨ ਲੋਕ ਨੇ ਇਸ ਟਾਈਮ ਹਾਲੀਵੁੱਡ ਬਾਲੀਵੁੱਡ ਦੇ ਵਿੱਚ ਕੰਮ ਕਰ ਰਹੇ ਨੇ ਰਾਈਟ ਜਿਵੇਂ ਜਿੰਨੀ ਕ ਸਾਡੀ ਗਿਣਤੀ ਆ ਦੁਨੀਆ ਭਰ ਚ ਜਾਂ ਭਾਰਤ ਦੇ ਵਿੱਚ ਕਹਿ ਲਓ ਤੇ ਉਸ ਹਿਸਾਬ ਨਾਲ ਸਾਡੀਆਂ ਪ੍ਰਾਪਤੀਆਂ ਕਾਫੀ ਨੇ ਰਾਈਟ ਜਿਵੇਂ ਅਸੀਂ ਕੈਨੇਡਾ ਦੇ ਵਿੱਚ ਦੇਖ ਲਈਏ ਆਪੋਜੀਸ਼ਨ ਦੇ ਵਿੱਚ ਤੀਜੀ ਪਾਰਟੀ ਦੇ ਜਿਹੜੇ ਲੀਡਰ ਨੇ ਜਗਮੀਤ ਸਿੰਘ ਨੇ ਫਿਰ ਵਰਲਡ ਬੈਂਕ ਦੇ ਜਿਹੜੇ ਮੁਖੀ ਨੇ ਅੱਜ ਫਿਰ ਹੋਰ ਵੀ ਬਹੁਤ ਸਾਰੇ ਵੱਡੇ ਅਹੁਦਿਆਂ ਦੇ ਉੱਤੇ ਆਪਣੇ ਲੋਕ ਨੇ ਹਨ ਜਿਹੜੇ ਦਸਤਾਰਤਾਰੀ ਨੇ ਸੋ ਜਿਹੜੇ ਜਿਹੜੇ ਜਿੱਥੇ ਵੀ ਕੰਮ ਕਰਦੇ ਨੇ ਉੱਥੇ ਮਾਣ ਮਹਿਸੂਸ ਹੁੰਦਾ ਪਰ ਜਿਹੜੀ ਇਹ ਇੰਡਸਟਰੀ ਹੈ ਨਾ ਜਿਹੜੀ ਬਾਲੀਵੁੱਡ ਜਾਂ ਸੌਰੀ ਇਹ ਐਂਟਰਟੇਨਮੈਂਟ ਇੰਡਸਟਰੀ ਆ ਇਹਦੇ ਰਾਹੀਂ ਵੀ ਅਸੀਂ ਬਹੁਤ ਸਾਰਾ ਮੈਸੇਜ ਡਿਲੀਵਰ ਕਰ ਸਕਦੇ ਹਾਂ ਹਨਾ ਤੇ ਇਹਦੇ ਇਹਦੀ ਵੀ ਇਹਦੇ ਚ ਵੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਨਿਊ ਕਮਰ ਨੇ ਹਨਾ ਆ ਭਾਵੇਂ ਕਿ ਤੁਸੀਂ ਵੀ ਨਿਊ ਕਮਰ ਹੋ ਰਿਓ ਪਰ ਕਿਉਂਕਿ ਤੁਸੀਂ ਤੁਹਾਨੂੰ ਇਸ ਤਰੀਕੇ ਨਾਲ ਮੌਕਾ ਮਿਲ ਗਿਆ ਪਰ ਜੇ ਤੁਹਾਡੇ ਅੰਦਰ ਆ ਹੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਵੀ ਕਿ ਜ਼ਰੂਰ ਤੁਹਾਡੇ ਜਿਹੜੇ ਸ਼ੌਂਕ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਜ਼ਰੂਰ ਮੈਂ ਬੋਲूंगा ਜੇ ਰੱਬ ਨੇ ਤੁਹਾਨੂੰ ਕੋਈ ਆਰਟ ਦਿੱਤਾ ਤੁਹਾਨੂੰ ਕੋਈ ਗਿਫਟ ਦਿੱਤਾ ਉਹਦਾ ਜ਼ਰੂਰ ਯੂਟਿਲਾਈਜ਼ ਕਰੋ ਤੇ ਮਤਲਬ ਕਿ ਕੋਈ ਵੀ ਚੀਜ਼ ਛੋਟੀ ਜਾਂ ਵੱਡੀ ਨਹੀਂ ਜੇ ਤੁਹਾਨੂੰ ਕਰਨਾ ਤੁਸੀਂ ਹੁਣ ਤੇ ਜੇ ਤੁਸੀਂ ਐਕਟਿੰਗ ਵੀ ਕਰੋਗੇ ਨਾ ਮੈਂ ਬੋਲूंगा ਕਿ ਐਕਟਿੰਗ ਇਚ ਹੁਣ ਰਾਈਟ ਨਾਓ ਜੇ ਪੰਜਾਬੀ ਇੰਡਸਟਰੀ ਚਾਹੇ ਬਾਲੀਵੁੱਡ ਹੈ ਰਾਈਟ ਨਾਓ ਜੇ ਤੁਸੀਂ ਬੋਲੋਗੇ ਨਾ ਹਰ ਸਰਦਾਰ ਲਈ ਬਹੁਤ ਵੱਡੀ ਓਪਰਚ्युनिटी ਹੈ ਬਿਕਾਜ਼ ਉਹ ਜੋ ਸੀਗਾ ਉਹ ਜੋ ਦਿਲਜੀਤ ਬਾਜ ਨੇ ਦ ਉੜਤਾ ਪੰਜਾਬ ਤੋਂ ਬਾਅਦ ਸਟਾਰਟ ਕੀਤਾ ਨਾ ਉਦੋਂ ਆਪਾਂ ਵੀ ਸਟਾਰਟ ਕੀਤਾ ਸੀਗਾ ਉਦੋਂ ਪੂਰਾ ਇੱਕ ਮੈਂ ਲੇ ਸਮਝ ਲਓ ਉਦੋਂ ਉਹਨਾਂ ਹੀ oportunidades ਬਣੀ ਹੋਈ ਨਹੀਂ ਸੀ ਉਹ ਤੋਂ ਬਾਅਦ ਬੜਨਾ ਸ਼ੁਰੂ ਹੋਈ ਨੇ ਤੇ ਅੱਜ ਦੇ ਰੇਟ 'ਚ ਤੁਸੀਂ ਆ ਜਾਓ ਤੇ ਅੱਜ ਦੇ ਰੇਟ 'ਚ opportunities ਹੈ ਨੇ ਇੰਨਾ ਨਹੀਂ ਕਿ ਬਾਂਡਰੀ ਹੈ ਹੁਣ opportunities ਅਵੇਲੇਬਲ ਨੇ ਤੇ ਅੱਗੇ ਹੋਰ ਵਧ ਰਹੀ ਨੇ ਜੀ ਰਾਈਟ ਬਿਕੋਜ਼ ਜੋ ਕਮ ਉਹ ਤੋਂ ਬਾਅਦ ਵੀ ਆਇਆ ਸਾਰਾ ਐਪਰੀਸ਼ੀਏਟ ਹੋਇਆ ਹਰ ਕਿਸੇ ਨੇ ਅਪਰੀਸ਼ੀਏਟ ਕੀਤਾ ਸਰ ਕਿਸੇ ਨੂੰ ਚੰਗਾ ਲੱਗਾ ਕਿਉਂਕਿ ਉਹੀ ਸੇਮ ਚੀਜ਼ ਸੇਮ ਚੀਜ਼ ਸੇਮ ਚੀਜ਼ ਦੇਖ-ਦੇਖ ਕੇ ਬੰਦਾ ਥੋੜਾ ਉਹ ਹੋ ਜਾਂਦਾ ਰਾਈਟ ਬਟ ਦਨ ਮੈਂ ਇਹੀ ਆਪਣੇ ਪੰਜਾਬੀ ਇੰਡਸਟਰੀ ਨੂੰ ਵੀ ਬੋਲਣਾ ਚਾਹਾਂਗਾ ਜਿਹੜੇ ਵੀਅਰਸ ਨੇ ਜਚਾਏ ਜੇ ਕੋਈ ਫਿਲਮ ਮੇ ਕਰੇ ਪੰਜਾਬੀ ਇੰਡਸਟਰੀ ਦਾ ਜੇ ਕੋਈ ਦੇਖ ਰਿਹਾ ਹੈ ਆਪਾ ਲੋਕਾਂ ਨੂੰ ਤਾਂ ਮੈਂ ਇਹ ਬੋਲूंगा ਕਿ ਪੰਜਾਬੀ ਇੰਡਸਟਰੀ ਨੂੰ ਹੁਣ ਥੋੜਾ ਬ੍ਰਾਡਨ ਹੋਣਾ ਚਾਹੀਦਾ ਰਾਈਟ ਜੀ ਨਵੇਂ ਆਰਟਿਸਟ ਨੂੰ ਲੈ ਕੇ ਆਓ ਨਵੇਂ ਆਰਟਿਸਟ ਨੂੰ ਚਾਂਸ ਦਿਓ ਤੇ ਨਵੇਂ ਆਰਟਿਸਨਲ ਕੰਮ ਕਰੋ ਐਕਸੈਪਟੈਂਸ ਲਓ સ્ટોਰੀਜ਼ ਚੇਂਜ ਕਰੋ ਹੈਨਾ ਮੈਂ ਇਹ ਹੀ ਬੋਲਾਂਗਾ ਕਿ ਕਿਸੇ ਹੋਰ ਤੋਂ ਸਟਾਰਟ ਕਰਨ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਤੋਂ ਸਟਾਰਟ ਕਰੋ ਬਿਲਕੁਲ ਆਪਣੀ ਆਪਣੀ ਪੰਜਾਬੀ ਇੰਡਸਟਰੀ ਅੱਜ ਦੀ ਡੇਟ 'ਚ ਇੰਨੀ ਵੱਡੀ ਹੈ ਹੂੰ ਤੇ ਆਪਾਂ ਨੂੰ ਕਿੱਥੇ ਹੋਰ ਦੇਖਣ ਦੀ ਲੋੜ ਨਹੀਂ ਐਂਡ ਸਾਡੀ ਫਿਲਮ ਇੰਡਸਟਰੀ ਜੋ ਪੰਜਾਬੀ ਫਿਲਮ ਇੰਡਸਟਰੀ ਸਿਰਫ ਪੰਜਾਬ 'ਚ ਨਹੀਂ ਹੈ ਸਾਡੀ ਪੰਜਾਬੀ ਫਿਲਮ ਇੰਡਸਟਰੀ ਆਈ ਥਿੰਕਸੋ ਇੰਡੀਆ ਜਿਆਦਾ ਬਾਹਰ ਜਿਆਦਾ ਬਿਜ਼ਨਸ ਕਰਦੀ ਹੈ ਬਹੁਤ ਜਿਆਦਾ ਤੁਸੀਂ ਯੂਐਸ ਦੇਖੋ ਕੈਨੇਡਾ ਦੇਖੋ ਆਸਟ੍ਰੇਲੀਆ ਨਿਊਜ਼ੀਲੈਂਡ ਤੁਸੀਂ ਕੋਈ ਵੀ ਕੰਟਰੀ ਲੈ ਲਓ ਪਰ ਇੱਕ ਇੱਕ ਗੱਲ ਆ ਪ੍ਰਭ ਮੈਂ ਇਹ ਜ਼ਰੂਰ ਕਹੂੰਗਾ ਕਿ ਨਾ ਇੱਕ ਜੂਨਰ ਦੇ ਵਿੱਚ ਅਸੀਂ ਬੰਝੇ ਪਏ ਆ ਵੀ ਕਾਮੇਡੀ ਨੂੰ ਹੀ ਅਸੀਂ ਇੱਕ ਮੰਨ ਲਿਆ ਸਾਡੀ ਜਿਹੜੀ ਫਿਲਮ ਇੰਡਸਟਰੀ ਹੈ ਨਾ ਜਿਹੜੇ ਸਾਡੇ ਸਪੈਸ਼ਲੀ ਇੱਕ ਇੱਕ ਠੱਪਾ ਜਿਹਾ ਲੱਗ ਗਿਆ ਕਿ ਇਹਦੇ ਚ ਸਿੰਗਰ ਹੀ ਸਕਸੈਸ ਹੋ ਸਕਦੇ ਨੇ ਹਣਾ ਕੁਝ ਲੋਕ ਹੀ ਨੇ ਜਿਹੜੇ ਬਾਹਰੋਂ ਜਾ ਕੇ ਇਹ ਸਕਸੈਸ ਹੋ ਰਹੇ ਸਾਡੀ ਜਿਹੜੀ ਆਡੀਅנס ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੇ ਅਸਲ ਦੇ ਵਿੱਚ ਐਕਟਰ ਨੇ ਉਹਨਾਂ ਨੂੰ ਵੀ ਐਕਸੈਪਟ ਕਰਿਆ ਕਰੋ ਉਹਨਾਂ ਦੀ ਸਪੋਰਟ ਕਰਨਾ ਸਾਡਾ ਫਰਜ ਆ ਤਾ ਕਰ ਕੇ ਜਿਹੜੀ ਜਿਹੜੀ ਇੰਡਸਟਰੀ ਆ ਇਹ ਅੱਗੇ ਵਧੂਗੀ ਤੇ ਆਪਣੇ ਜਿਹੜੇ ਮੈਸੇਜ ਨੇ ਆਪਣੀ ਕੌਮ ਦੇ ਮੈਸੇਜ ਨੇ ਪੰਜਾਬੀਅਤ ਦੇ ਮੈਸੇਜ ਨੇ ਫੇਰ ਹੀ ਆਪਾਂ ਅੱਗੇ ਉਹਨਾਂ ਨੂੰ ਡਿਲੀਵਰ ਕਰ ਸਕਾਂਗੇ ਐਂਟਰਟੇਨਮੈਂਟ ਇੰਡਸਟਰੀ ਸਾਡਾ ਇੱਕ ਪਲੈਟਫਾਰਮ ਜਿਹੜਾ ਸਾਡਾ ਮਾਧਿਅਮ ਹੈ ਹੋਰ ਬ੍ਰਾਡ ਹੋਏਗਾ ਹੋਰ ਵੱਡਾ ਹੋਏਗਾ ਰਾਈਟ ਜੇ ਆਪਾਂ ਉਹੀ ਸਿੰਗਰ ਹੈ ਉਹ ਗਾ ਵੀ ਰਿਹਾ ਉਹੀ ਸਿੰਗਰ ਐਕਟ ਵੀ ਕਰ ਰਿਹਾ ਬਟ ਜੇ ਸਿੰਗਰ ਹੈ ਉਸ ਗਾਣੇ ਹੋਇਆ ਅੱਛਾ ਲੱਗ ਰਿਹਾ ਜੋ ਐਕਟਰ ਹੋ ਐਕਟ ਕਰਦਾ ਹੋਇਆ ਅੱਛਾ ਲੱਗ ਰਿਹਾ ਜੋ ਡਾਂਸਰ ਹੋ ਡਾਂਸ ਕਰਦਾ ਹੋਇਆ ਅੱਛਾ ਲੱਗ ਰਿਹਾ ਬਿਲਕੁਲ ਬਿਲ

ਪੰਜਾਬੀ ਫਿਲਮ ਮੇਕਰਸ ਦੀ ਬਹੁਤ ਵੱਡੀ ਰਿਸਪੋਨਸੀਬਿਲਟੀ ਹੈ ਫਰਸਟ ਥਿੰਗ ਬਟ ਦੇਨ ਆਪਣੀ ਆਡੀਅנס ਦੀ ਰਿਸਪੋਨਸੀਬਿਲਟੀ ਹੈ ਆਡੀਅנס ਐਕਸੈਪਟ ਕਰੇ ਦੇਖੋ ਉਹ ਨਾ ਉਹਨਾਂ ਦਾ ਇੱਕ ਆ ਜਾਂਦਾ ਕਿਉਂਕਿ ਥੋੜਾ ਬਹੁਤ ਅਸੀਂ ਵੀ ਇਸ ਇੰਡਸਟਰੀ ਦਾ ਹਿੱਸਾ ਪਰ ਜਦੋਂ ਅਸੀਂ ਕਿਸੇ ਨਾਲ ਇਸ ਬਾਰੇ ਗੱਲ ਕਰਦੇ ਹਾਂ ਨਾ ਪਰਬਜੋ ਤੋ ਉਹ ਇੱਕੀ ਗੱਲ ਇੱਕੀ ਗੱਲ 'ਚ ਨਵੇੜ ਦਿੰਦੇ ਨੇ ਵੀ ਲੋਕ ਇਹ ਚਾਹੁੰਦੇ ਨੇ ਹਾਂ ਪਰ ਅਸੀਂ ਵੀ ਫਿਰ ਬੇਨਤੀ ਕਰਦੇ ਹਾਂ ਕਿ ਜਿਵੇਂ ਤੁਸੀਂ ਹੁਣ ਕਿਹਾ ਕਿ ਭਾਈ ਉਹਨਾਂ ਨੂੰ ਵੀ ਐਕਸੈਪਟ ਕਰਿਆ ਕਰੋ ਜਿਹੜੇ ਡਿਫਰੈਂਟ ਪ੍ਰੋਜੈਕਟ ਡਿਫਰੈਂਟ ਡਿਫਰੈਂਟ ਟੌਪਿਕ ਲੈ ਕੇ ਹੁੰਦੇ ਨੇ ਹੈਨਾ ਕਿਉਂਕਿ ਝੋ ਸਾਨੂੰ ਨਿਕਲਣਾ ਪੈਣਾ ਹਰ ਇੱਕ ਦੂਜੀ ਮੂਵੀ ਹਰ ਤੀਜੀ ਮੂਵੀ ਮੈਂ ਤਾਂ ਜਦੋਂ ਮੈਂ ਬੰਮੇ ਬੈਠ ਕੇ ਦੇਖਦਾ ਸੀ ਮਨੋ ਉਹਦੋਂ ਨਹੀਂ ਪੰਜਾਬੀ ਨਹੀਂ ਪਤਾ ਸੀ ਉਹਨੇ ਪੰਜਾਬੀ ਆਰਟ ਵਿੱਚ ਮੈਂ ਤਾਂ ਜੇ ਚਾਰ ਫਿਲਮ ਦੇਖਾਂ ਮੈਨੂੰ ਤਾਂ ਚਾਰੋ ਸੇਮ ਲੱਗਦੀਆਂ ਸੀ ਕਿਉਂਕਿ ਉਹੀ ਚਾਚਾ ਮਾਮਾ ਤਾਇਆ ਮੰਮੀ ਉਹੀ ਸੇਮ ਸੀਗੇ ਬੜੇ ਨੇ ਸਾਨੂੰ ਇਹ ਤੋਂ ਬਾਅਦ ਨਿਕਲਣਾ ਸਭ ਤੋਂ ਪਹਿਲਾਂ ਆਡੀਅנס ਤੇ ਆਡੀਅנס ਨੂੰ ਉਸ ਚੀਜ਼ ਨੂੰ ਕੋਈ ਨਵੀਂ ਚੀਜ਼ ਆਣੀ ਉਹਨੂੰ ਐਕਸੈਪਟ ਕਰੋ ਉਹਨੂੰ ਸਪੋਰਟ ਕਰੋ ਹਾਂ ਫਿਰ ਮੈਂ ਇਹ ਕੱਲ ਗੱਲ ਕਰੂੰਗਾ ਜੇ ਤੁਹਾਨੂੰ ਨਹੀਂ ਪਸੰਦ ਆਈ ਤਾਂ ਉਹਦਾ ਫੀਡਬੈਕ ਤੁਸੀਂ ਪ੍ਰਾਈਵੇਟ 'ਚ ਦਿਓ ਬਦਰਨ ਸਪੋਰਟ ਪਬਲੀਕਲੀ ਕਰੋ ਹਾਂ ਉਹਨੂੰ ਦਬ ਕੇ ਕੰਮ ਕਰੋ ਤੇ ਜੇ ਕੋਈ ਨਵਾਂ ਬੰਦਾ ਆ ਰਿਹਾ ਹੈ ਕੋਈ ਨਵੀਂ ਨਵਾਂ ਪ੍ਰੋਜੈਕਟ ਲੈ ਕੇ ਆ ਰਿਹਾ ਕੋਈ ਡਿਫਰੈਂਟ ਚੀਜ਼ ਲੈ ਕੇ ਆ ਰਿਹਾ ਹੈ ਨਾ ਉਹ ਕਾਮੇਡੀ ਦੇ ਅਲਾਵਾ ਹੋਰ ਕਾਫੀ ਸਾਰੀਆਂ ਚੀਜ਼ਾਂ ਨੇ ਉਹਨੂੰ ਸਪੋਰਟ ਕਰੋ ਉਹਨੂੰ ਅੱਗੇ ਆਣੇ ਦਿਓ ਤਾਂ ਦੇਖੋ ਜਦ ਤੱਕ ਆਪਾਂ ਉਸ ਚੀਜ਼ ਨੂੰ ਦੇਖ ਕੇ ਸਪੋਰਟ ਨਹੀਂ ਕਰਾਂਗੇ ਤਦ ਤੱਕ ਉਹ ਬਣਾਣਗੇ ਨਹੀਂ ਹੂੰ ਉਹ ਇੱਕ ਵਾਰੀ ਬਣਾਣਗੇ ਦੋ ਵਾਰੀ ਬਣਾਣਗੇ ਤੀਜੀ ਵਾਰ ਤੇ ਬੋਲਣਗੇ ਕਿ ਨਹੀਂ ਨਹੀਂ ਚੱਲ ਰਹੀ ਪ੍ਰਭੂ ਜੀ ਸਾਡੇ ਸਹਿਤ ਦੇ ਵਿੱਚ ਬਹੁਤ ਬਹੁਤ ਵੱਡੇ ਨਾਵਲ ਪਏ ਨੇ ਬਹੁਤ ਵੱਡੀਆਂ ਕਹਾਣੀਆਂ ਪਈਆਂ ਨੇ ਬਹੁਤ ਵੱਡੇ ਕਹਾਣੀਕਾਰ ਪਏ ਨੇ ਸਾਥੋਂ ਉਸ ਉਹਨਾਂ ਵਿਸ਼ਿਆਂ ਦੇ ਉੱਤੇ ਕੰਮ ਨਹੀਂ ਹੁੰਦਾ ਕਿਉਂਕਿ ਉਹਦਾ ਰੀਜ਼ਨ ਇਹ ਹੈ ਕਿ ਅਸੀਂ ਬਸ ਇੱਕ ਹੀ ਜਨਰ ਨੂੰ ਫੜ ਕੇ ਬੈਠ ਗਏ ਆ ਹਰ ਦੂਜੀ ਮੂਵੀ ਆ ਉਹਦੇ ਤੇ ਅਸੀਂ ਕਰਕੇ ਬੈਠ ਗਏ ਤਾਂ ਇਹ ਸਾਡੇ ਸਾਡੀ ਸਾਰਿਆਂ ਦੀ ਰਿਸਪੌਂਸਿਬਿਲਟੀ ਬਣਦੀ ਆ ਫਿਲਮ ਮੇਕਰਸ ਦੀ ਵੀ ਬਣਦੀ ਆ ਇਸ ਦੇ ਨਾਲ ਨਾਲ ਆਡੀਅנס ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਐਕਸੈਪਟ ਕਰਨ ਜੇ ਕੋਈ ਡਿਫਰੈਂਟ ਵਿਸ਼ੇ ਦੇ ਉੱਤੇ ਫਿਲਮਾਂ ਬਣਾਉਂਦਾ ਹੈ ਨਾ ਤੇ ਹੁਣ ਅਗਲੇ ਜਿਹੜੇ ਤੁਹਾਡੇ ਪ੍ਰੋਜੈਕਟ ਨੇ ਹਮਮ ਤੁਹਾਨੂੰ ਉਹਨਾਂ ਦੇ ਉੱਤੇ ਗੱਲਬਾਤ ਕਰਦੇ ਆਂ ਤੇ ਕਿਹੜੇ-ਕਿਹੜੇ ਨੇ ਇਸ ਵਕਤ ਲਾਈਨ ਅਪ ਹਜੇ ਤੁਸੀਂ ਕੋਈ ਹੋਰ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਇਹ ਇਹਨਾਂ ਦਿਨਾਂ ਦੇ ਵਿੱਚ ਜਾਂ ਕੀ ਹੋ ਰਿਹਾ ਮੈਂ ਬੰਮ ਜਦ ਇਹ ਇਧਰ ਆਇਆ ਮਨੋਲੇ 8 8 ਸਾਲ ਹੀ ਹੋਇਆ 8 ਮਹੀਨੇ ਸਾਲੀ ਹੋਇਆ ਤੇ ਜੇ ਤੋਂ ਪਹਿਲੇ ਮੈਂ ਬੰਬੇ کافی ਕੰਮ ਕੀਤਾ ਹੋਇਆ ਸੀ ਤਾਂ ਉਹਦੀ ਐਕਸਪੈਕਟੇਸ਼ਨ ਬਹੁਤ ਨੇ ਕਿ ਜਿਹੜੇ ਆਣ ਵਾਲੇ ਨੇ ਤੇ ਬਾਕੀ ਇੱਥੇ ਹੁਣ ਇੱਕ ਇਹ ਵੈਬ ਸੀਰੀਜ਼ ਆਈ ਹੈ ਹੁਣ ਇੱਕ ਵੈਬ ਸੀਰੀਜ਼ ਦੀ ਹੋਰ ਗੱਲ ਚੱਲ ਰਹੀ ਹੈ ਤੇ ਹੁਣ ਇੱਕ ਸ਼ਾਰਟ ਫਿਲਮ ਵੀ ਸ਼ਾਇਦ ਆਪਾਂ ਸ਼ੂਟ ਕਰਨ ਲੱਗੇ ਹਾਂ ਤੇ ਮਤਲਬ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਇੱਕ ਹੋ ਸਕੇ ਪੰਜਾਬੀ ਇੰਡਸਟਰੀ ਨੂੰ ਲੈ ਕੇ ਹਿੰਦੀ ਇੰਡਸਟਰੀ ਨੂੰ ਲੈ ਕੇ ਯੂ نو ਮਿਲ ਕੇ ਹਿੰਦੀ ਪੰਜਾਬ ਮੈਨੂੰ ਇਦਾਂ ਦਾ ਕੰਟੈਂਟ ਬਣਾਇਆ ਕਿ ਹਰ ਕਿਸੇ ਨੂੰ ਪਸੰਦ ਆਵੇ ਕਿਉਂਕਿ ਪਾਵੇਂ ਸਟੋਰੀ ਪੰਜਾਬ ਦੀ ਹੋਵੇ ਪੰਜਾਬੀ ਸਟੋਰੀ ਹੋਵੇ ਇੱਕ ਸਿਕ ਫੈਮਿਲੀ ਹੋਵੇ ਜਾਂ ਜੋ ਵੀ ਹੋਵੇ ਬਟ ਦੈਨ ਆਡੀਅנס ਥੋੜੀ ਵਾਈਡ ਹੋਵੇ ਆਡੀਅנס ਦੀ ਰੀਚ ਥੋੜੀ ਵਧੇ ਤੇ ਕੋਸ਼ਿਸ਼ ਸਾਰੀ ਟੋਟਲੀ ਉਹੀ ਚੱਲ ਰਹੀ ਆ ਕਿਉਂਕਿ ਇੱਥੇ ਦੇਖੋ ਟੋਰਾਂਟੋ ਕੈਨੇਡਾ ਆ ਕੇ ਥੋੜਾ ਜਿਆਦਾ ਡਿਫਿਕਲਟ ਹੋ ਜਾਂਦਾ ਕਾਰ ਦੇ ਬਾਰੇ ਨਿੱਥੇ ਕੋਈ ਇੰਡਸਟਰੀ ਸੈਟ ਹੈਗੀ ਨਹੀਂ ਰਾਈਟ ਕਿ ਡਾਇਰੈਕਟਰ ਨੇ ਪ੍ਰੋਡਕਸ਼ਨ ਹਾਊਸੇਜ਼ ਨੇ ਐਂd ਦੇ ਆਰ ਮੇਕਿੰਗ ਫਿਲਮਸ ਐਂd ਤਾਨੂੰ ਸਿਰਫ ਐਕਟ ਕਰਨਾ ਇੱਥੇ ਤੁਹਾਨੂੰ ਕਾਫੀ ਚੀਜ਼ਾਂ ਚਾਪੇ ਪਾਰਟ ਲੈਣਾ ਕਾਫੀ ਚੀਜ਼ਾਂ ਆਪੇ ਹੈਲਪ ਕਰਨੀ ਐ ਤੇ ਉਦਾਂ ਹਲੇ ਬਸ ਚੱਲ ਰਿਹਾ ਤੇ ਦੇਖਦੇ ਆ ਨਹੀਂ ਬਹੁਤ ਵਧੀਆ ਫੇਰ ਅਸੀਂ ਵਾਪਸ ਆਉਨੇ ਆ ਕਿ ਤੁਸੀਂ ਆ ਇਸ ਇੰਡਸਟਰੀ ਦੇ ਵਿੱਚ ਸਾਬਤ ਸੂਰਤ ਸਾਨੂੰ ਸਾਰੇ ਪੰਜਾਬੀਆਂ ਨੂੰ ਤੁਹਾਡੇ ਤੇ ਮਾਣ ਤੇ ਉਮੀਦ ਕਰਾਂਗੇ ਵੀ ਮਾਲਕ ਤੁਹਾਡੇ ਸਿਰ ਤੇ ਮਿਰ ਪਰਿਆ ਹੱਥ ਰੱਖੇ ਕਿ ਤੁਸੀਂ ਇਸ ਇੰਡਸਟਰੀ ਦੇ ਵਿੱਚ ਇਹ ਸਾਬਤ ਸੂਰਤ ਰਹਿ ਕੇ ਤੇ ਫਿਲਮ ਇੰਡਸਟਰੀ ਦੇ ਵਿੱਚ ਹੋਰ ਵੀ ਆਪਣੀ ਕਮਿਊਨਿਟੀ ਦਾ ਨਾਮ ਉੱਚਾ ਕਰੋ ਮੈਂ ਇਨ ਫੈਕਟ ਮੈਂ ਹੁਣੇ ਰੀਸੈਂਟਲੀ ਜਿਹੜੇ ਮੈਂ ਲਾਸਟ 3-4 ਪ੍ਰੋਜੈਕਟ ਕੀਤੇ ਉਹਦੇ 'ਤ ਮੈਂ ਇਹੀ ਕੋਸ਼ਿਸ਼ ਕੀਤੀ ਕਿ ਉਹ ਜੋ ਬੱਬਲ ਹੈ ਜੋ ਬਾਕਸ ਨੂੰ ਉਹਨੂੰ ਹਟਾਣਾ ਕਿ ਯੂ ਨੋ ਕੀ ਸਰਦਾਰ ਦੀ ਦਾੜੀ ਖੁੱਲੀ ਹੁੰਦੀ ਹੈ ਤਾਂ ਸਾਨੂੰ ਕਹਿਣਗੇ ਕਿ ਸੈੱਟ ਕਰ ਲਓ ਜਾਂ ਤੇ ਦੂਜਾ ਤਰੀਕਾ ਬੋਲਣਗੇ ரைਟ ਦੂਜੇ ਹੋਰ ਤਰੀਕੇ ਬਰਦਨ ਹੁਣ ਜੋ ਮੈਂ ਨੇ ਵੈਬ ਸੀਰੀਜ਼ ਇੱਕ ਵੈਬ ਸੀਰੀਜ਼ ਮੈਂ ਹੁਣੇ ਰੀਸੈਂਟਲੀ ਕੀਤੀ ਸੀ ਕਿ ਉਹਦੇਤ ਮੈਂ ਡਾਇਰੈਕਟਰ ਨਾਲ ਗੱਲ ਕੀਤੀ ਹੂੰ ਮੈਂ ਕਿ ਜੈਕ ਡਿਕ ਮੈਂ ਸਰਦਾਰ ਹਾਂ ਮੈਂ ਤੇ ਨਾਲ ਹੁਣ ਮੀਟਿੰਗ ਲਈ ਆਂ ਮੈਂ ਮੀਟਿੰਗ ਲਈ ਗਿਆ ਸੀ ਸਕ੍ਰਿਪਟ ਰੀਡਿੰਗ ਸੀ ਦੇਖ ਮੈਂ ਉਹਨਾਂ ਕਿ ਮੈਂ ਪੱਕ ਬੰਦੀ ਸੀ ਤਾਂ ਮੈਂ ਨਾਰਮਲ ਰੈਡੀ ਸੀ ਮੈਂ ਦਾੜੀ ਨਹੀਂ ਬੰਦੀ ਸੀ ਮੈਂ ਓਪਨ ਹੀ ਰੱਖਦਾ ਮੋਸਟਲੀ ਮਨੇ ਕਿ ਦੇਖ ਦਿਸ ਇਜ਼ ਹਾਊ ਆਈ ਐਮ ਹੂੰ ਬਟ ਜਦ ਜਦ ਆਡੀਸ਼ਨ ਕੀਤਾ ਸੀ ਉਹਨੇ ਕਿਹਾ ਕਿ ਦਾੜੀ ਬੰਨ ਮੈਂ ਕਿ ਮੈਂ ਚਾਹਨਾ ਕਿ ਤੂੰ ਉਹ ਚੀਜ਼ ਰੀਅਲ ਦਿਖਾਵੇਂ ਕਿ ਦਿਸ ਇਜ਼ ਹਾਉ ਆਈ ਮੈਂ ਇਦਾਂ ਹੀ ਆ ਹਾਂ ਤੇ ਮੈਨੂੰ ਇਦਾਂ ਹੀ ਪ੍ਰੈਜ਼ੈਂਟ ਕਰ ਤੂੰ ਆਡੀਅנס ਦੇ ਅੱਗੇ ਹਾਂ ਰਾਈਟ ਰਿਐਲਿਟੀ ਤਾਂ ਫੇਰ ਆ ਯੈਸ ਤੇ ਉਹਨੂੰ ਉਹ ਚੀਜ਼ ਬਹੁਤ ਅੱਛੀ ਲਗੀ ਹੂੰ ਉਹ ਬਹੁਤ ਖੁਸ਼ ਆਇਆ ਸૈયਦ ਅਹਿਮਦ ਅਫਜ਼ਲ ਸੀਗਾ ਹੂੰ ਬਹੁਤ ਉਹਨੇ ਕਾਫੀ ਅੱਛੀ ਫਿਲਮਸ ਕੀਤੀ ਨੇ ਹੂੰ ਤੇ ਉਹ ਬਹੁਤ ਖੁਸ਼ ਹੋ ਕੇ ਕਹਿੰਦਾ ਕਿ ਚਲੋ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮੈਂ ਇੱਕ ਫਿਲਮ ਕੀਤੀ ਸੀਗੀ ਅ ਸ਼ਾਰਟ ਫਿਲਮ ਕੀਤੀ ਸੀਗੀ ਇੱਕ ਪਲੈਟਫਾਰਮ ਲਈ ਉਹਦੇ ਚ ਉਹਨਾਂ ਨੂੰ ਥੋੜੀ ਡਿਫਰੈਂਟ ਲੁੱਕ ਚਾਹੀਦੀ ਸੀ ਕਿ ਮਤਲਬ ਇੱਕ ਡਿਫਰੈਂਟ ਕਮਿਊਨਿਟੀ ਐਂਡ ਡਿਫਰੈਂਟ ਜਗ੍ਹਾ ਦਾ ਜਿੱਦਾਂ ਬੰਬਈ ਤੋਂ ਇਲਾਵਾ ਇੰਡੀਆ ਦੇ ਬਾਹਰ ਦਾ ਕੋਈ ਸਿਕ ਸੀਗਾ ਸਟੋਰੀ ਹੰਟਰੀ ਬਿੱਲੀ ਕਰ ਸਕਦੇ ਬਟ ਉਹਨਾਂ ਜ ਉਹਨਾਂ ਨੂੰ ਡਿਫਰੈਂਟ ਲੁੱਕ ਚਾਹੀਦੀ ਸੀ ਮੈਂ ਕਿਹਾ ਕਿ ਦਾੜੀ ਸਟ੍ਰੇਟਨਿੰਗ ਕਰਕੇ ਦੇਖਦੇ ਆ ਉਹਨਾਂ ਨੇ ਪੂਰੀ ਦਾੜੀ ਦਾ ਸਟ੍ਰੇਟਨਿੰਗ ਕੀਤੀ ਹਮ ਐਂਡ ਉੱਤੇ ਪੱਗ ਬੰਨ੍ਹਦੀ ਐ ਅਗੇਨ ਅ ਡਿਫਰੈਂਟ ਲੁੱਕ ਰਾਈਟ ਲੁੱਕ ਹੋ ਗਈ ਹਾਂ ਬਟ ਦੈਨ ਗਲ ਉਹੀ ਆਏਗੀ ਜੇ ਆਡੀਅנס ਐਕਸੈਪਟ ਕਰੇਗੀ ਉਹ ਵੀ ਆਪਣੀ ਹੂੰ ਉਲਟਾ ਬਾਹਰ ਦੇ ਲੋਕਾਂ ਨੇ ਤਾਂ ਐਕਸੈਪਟ ਕਰ ਲੈਣਾ ਦੇ ਡੋਨਟ ਨੋ ਹਾਂ ਉਹਨਾਂ ਨੂੰ ਨਹੀਂ ਪਤਾ ਕਿ ਕੇ ਕਿਦਾਂ ਹੈ ਕੇ ਕਿਦਾਂ ਉਹਨਾਂ ਨੂੰ ਤਾਂ ਉਲਟਾ ਦੇਖ ਕੇ ਨਵੀਂ ਚੀਜ਼ ਦੇ ਕਿਉਂ ਨਹੀਂ ਖੁਸ਼ ਹੋਣਗੇ ਮਜ਼ਾ ਆਏਗਾ ਉਹਨਾਂ ਨੂੰ ਬਟ ਦੈਟ ਇਟਸ 올 अबाउट आवर ऑडियंस ਕਿ ਉਹਨਾਂ ਨੇ ਕਿਦਾਂ ਕਰਨਾ ਕੀ ਕਰਨਾ ਬਿਲਕੁਲ ਅਸੇ ਸਾਨੂੰ ਵੀ ਸਾਡੀ ਜਿਵੇਂ ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਨਾ ਉਹ ਇੱਕ ਕਿ ਸਾਨੂੰ ਭੰਗੜੇ ਵਾਲੇ ਬਣਾ ਦਿੱਤਾ ਬਹੁਤਾ ਯੈਸ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਵੀ ਅਸੀਂ ਇੱਕ ਨੱਚਣ ਟੱਪਣਾ ਲਈ ਹਾਂ ਹਾਂ ਅਸਲੀਅਤ ਦੇ ਵਿੱਚ ਜਿਹੜੇ ਅੱਜ ਕਰੈਕਟਰ ਖੁੱਲ ਕੇ ਆ ਰਹੇ ਨੇ ਜਾਂ ਜਿਹੜੀ ਸਾਡੀ ਫਿਲਮ ਇੰਡਸਟਰੀ ਹੈ ਪੰਜਾਬ ਦੀ ਵੀ ਉਹ ਵੀ ਮਿਹਨਤ ਕਰ ਰਹੀ ਹੈ ਇਸ ਤੇ ਹੈਨਾ ਸੋ ਸਾਨੂੰ ਮਾਣ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਤੁਹਾਡੇ ਪ੍ਰੋਜੈਕਟ ਨੇ ਮਾਲਕ ਕਰੇ ਕਿ ਉਹ ਬੜੇ ਸਕਸੈਸ ਹੋਣ ਤੇ ਤੁਸੀਂ बुलंदियों को शो तुम कह रहे थे ना कि पंजाब स्टोरी है इदा कुछ मैं ये बोलूँगा कि पंजाब के कोल अपने आप से इन्नी स्टोरीज ने ना जो कॉमेडी तो बाहर निकलना चाहते दे देखना चाहना उन्होंने को हर एक चीज़ है हर एक चीज हर एक चीज़ है हर इंडस्ट्री है पंजाब तुम तो किसी भी उठ के बना सकते हो हाँ। तो फार्मिंग इन्नी स्ट्रोंग आ कॉमेडी तो हट के कोई प्रॉपर विषय के उत्ते स्टोरी बनाओ राइट ਹੁਣ ਜੇ ਇਮੀਗ੍ਰੇਸ਼ਨ ਬਾਹਰ ਦੀ ਚੱਲ ਰਹੀ ਹੈ ਰਿਵਰਸ ਵੀ ਚੱਲ ਰਹੀ ਹੈ ਤੁਸੀਂ ਉਹਨੂੰ 네ਗੇਟਿਵ ਵੇਚ ਮੈਂ ਕਾਫੀ ਹੁਣ ਰੀਸੈਂਟਲੀ ਦੋ ਤਿੰਨ ਫਿਲਮਾਂ ਬਣੀਆਂ ਹੁਣ ਉਹਦੇ ਇੱਕ ਪੋਜ਼ਿਟਿਵ ਵੇਜ ਬਣਾਓ ਕਿ ਹਾਂ ਵੀ ਬੰਦੇ ਬਾਹਰ ਜਾ ਕੇ ਵੀ ਕੁਝ ਵਧੀਆ ਕੰਮ ਕਰ ਰਹੇ ਨੇ ਜਾਂ ਕੋਈ ਬਾਹਰੋਂ ਵਾਪਸ ਪੰਜਾਬ ਮਣ ਮਤਲਬ ਜੇ ਟੌਪਿਕ ਕਰੰਟ ਦੇ ਲੈ ਤਾਂ ਆਈ ਡੋਨਟ ਥਿੰਕ ਕਿ ਪੰਜਾਬ ਜਾਂ ਪੰਜਾਬੀ ਕੋਈ ਕਟ ਟਾਪਿਕ ਨਹੀਂ ਹਮ ਬਿਕੋਜ਼ ਪੰਜਾਬ ਕੋਲ ਇਦਾਂ ਦੀ ਸਟੋਰੀਜ਼ ਨੇ ਅਜ ਦੀ ਡੇਟ 'ਚ ਆਪਾਂ 0.00 ਕੁਝ ਆਪਣੀ ਪੋਪੂਲੇਸ਼ਨ ਹੋਣੀ ਆ ਕੋਈ ਬਹੁਤ ਹੀ ਜ਼ਿਆਦਾ ਨਹੀਂ ਹਮ ਬਟ ਦੈਨ ਜੇ ਤੁਸੀਂ ਟੌਪ ਪੋਜੀਸ਼ਨਸ ਤੇ ਦੇਖੋ ਨਾ 올 ਓਵਰ ਦ ਵਰਲਡ ਕਿੱਥੇ ਨਾ ਕਿੱਥੇ ਸਿੱਖ ਬੈਠੇ ਨੇ ਬਿਲਕੁਲ ਰਾਈਟ ਕਿਸੇ ਦੀ ਵੀ ਇਨਸਪਾਇਰਿੰਗ ਸਟੋਰੀ ਲੈ ਸਕਦੇ ਹੋ ਬਹੁਤ ਬਹੁਤ ਸਾਰੀ ਚੀਜ਼ਾਂ ਨੇ ਇਦਾਂ ਕਰਨ ਨੂੰ ਬਟ ਦੈਨ ਇੰਡਸਟਰੀ ਵਾਲੇ ਤੇ ਇਹੋ ਕਹਿ ਕੇ ਪੱਜ ਜਾਂਦੇ ਨੇ ਕਿ ਲੋਕੇ ਨਹੀਂ ਐਕਸੈਪਟ ਕਰਦੇ ਹਮ ਯਾ ਤਿਉ ਹੁਣ ਮੈਨੂੰ ਲੱਗ ਰਿਹਾ ਕਿ ਉਹ ਚੇਂਜ ਆ ਵੀ ਰਿਹਾ ਹੁਣ ਰੀਸੈਂਟਲੀ ਕਾਫੀ ਅੱਛੇ ਅੱਛੇ ਫਿਲਮਾਂ ਆਈ ਨੇ ਹੁਣ ਜਿਦਾ ਤੁਸੀਂ ਬਾਲੀਵੁੱਡ ਦੀ ਫਿਲਮ ਦੇਖੋ ਐਨੀਮਲ ਉਹਦੇ ਚ ਕਿਦਾਂ ਪ੍ਰੋਪਰ ਪੂਰੇ ਸਿੱਖੀ ਸਰੂਪ ਚ ਪੂਰਾ ਉਹ ਦਿਖਾਇਆ ਹੋਰ ਨਾਲੇ ਉਹਦੇ ਚ ਵਾਈਬ ਦਿਖਾਈ ਹੈ ਕਿ ਮਤਲਬ ਉਹ ਮਜਬੂਰੀ ਚ ਫਸ ਗਿਆ ਉਹ ਪਿੰਡ ਆਪਣੇ ਪਰਾਂਵਾਂ ਨਾਲ ਕਿੰਨੇ ਸਾਲ ਗਲ ਨਹੀਂ ਕਿਤੇ ਉਹ ਅੱਜ ਗਿਆ ਉਹਦੇ ਪਰਾਂਵ ਦੇ ਨਾਲ ਖੜੇ ਨੇ ਤੋ ਪੂਰੇ ਸਾਰੇ ਪਰਾਂ ਨਾਲ ਖੜੇ ਸਾਰੇ ਸਾਥੀ ਸੁਰਤ ਹਨ ਤਿਉ ਦੇਖਣ ਚ ਕਿੰਨਾ ਪੋਜ਼ਿਟਿਵ ਕਿੰਨਾ ਵਧੀਆ ਲੱਗਿਆ ਕਿਤੇ ਮੈਂ ਉਹੀ ਕਰਿਆ ਕੀ ਬਾਲੀਵੁੱਡ ਇੰਡਸਟਰੀ ਨੂੰ ਹਿੰਦੀ ਨੂੰ ਹਰ ਕਿਸੇ ਨੂੰ ਸਮਝ ਆ ਗਈ ਕਿ ਸਹੀ ਕੀ ਗਲਤ ਕਿੰਦਾ ਦਿਖਾਉਣਾ ਤੇ ਉਹਨਾਂ ਨੂੰ ਪਤਾ ਸੀ ਕਿ ਇਹ ਕੋਈ ਬਹੁਤ ਵਧੀਆ ਪੋਜ਼ੀਟਿਵ ਮੈਸੇਜ ਦਿੰਦਾ ਕਿ ਦੇਖੋ ਅਜੋਦੇ ਪ੍ਰਾਉਜ਼ ਨਾਲ ਖੜਿਆ ਨੋ ਮੈਟਰ ਵਾਟ ਉਹਦੇ ਚ ਤੁਹਾਡੀ ਪੰਜਾਬੀਅਤ ਵੀ ਸਾਹਮਣੇ ਹੁੰਦੀ ਆ ਬਹੁਤ ਬਹੁਤ ਵੱਡੇ ਲੈਵਲ ਤੇ ਨਹੀਂ ਇਹੀ ਆ ਗੱਲ ਪ੍ਰਭਜੋਤ ਕਿਉਂ ਹੋਰ ਵੀ ਕਈ ਫਿਲਮਾਂ ਆਈਆਂ ਹਨ ਹਾਂ ਮਿਸ਼ਨ ਰਾਣੀ ਗੰਜਾਈ ਸੀ ਹਾਂ ਮਿਸ਼ਨ ਰਾਣੀ ਪਰ ਮੈਂ ਜਿੱਦਾਂ ਪੰਜਾਬੀ ਇੰਡਸਟਰੀ ਦੀ ਗੱਲ ਕਰ ਰਿਹਾ ਸੀ ਇਹ ਫਿਲਮ ਇਦਾਂ ਦਾ ਟਾਪਿਕ ਪੰਜਾਬੀ ਚ ਵੀ ਬਣ ਸਕਦਾ ਸੀ ਉਦੋਂ ਤੋਂ ਪਹਿਲੇ ਬਿਲਕੁਲ ਬਣ ਸਕਦਾ ਸਾਡਾ ਪੰਜਾਬ ਦਾ ਔਰ ਸਿੱਖ ਕਰੈਕਟਰ ਦਾ ਯੈਸ ਹੋਰ ਮੈਂ ਕਹਿੰਦਾ ਇਹਨਾਂ ਦੇ ਕਿੰਨੇ ਕਰੈਕਟਰਸ ਹੋਣਗੇ ਹਮ ਕਿੰਨੀ ਸਟੋਰੀਜ਼ ਨੇ ਅਨਲਿमिटेड ਹਮ ਤੋਂ ਇਹ ਸਾਨੂੰ ਉਸ ਜਨਰ ਚੋਂ ਕਾਮੇਡੀ ਵਾਲੇ ਜਨਰ ਚੋਂ ਨਿਕਲਣਾ ਪੈਣਾ ਹੁਣ ਆਪਾਂ ਬੰਬੇ ਚੱਲਦੇ ਹਾਂ ਹਮ ਤੁਸੀਂ ਜੰਮੇਪਲੇ ਉੱਥੇ ਉੱਥੋਂ ਦੀ ਇੰਡਸਟਰੀ ਦੇ ਵਿੱਚ ਹੁਣ ਤੁਸੀਂ ਕੰਮ ਕਰ ਰਹੇ ਹੋ ਕਿਵੇਂ ਦੀ ਹੈ ਉੱਥੇ ਰਹਿਣੀ ਬਹਿਣੀ ਆਪਣੇ ਲੋਕਾਂ ਦੀ ਤੇ ਕਿਵੇਂ ਦਾ ਸੱਭਿਆਚਾਰ ਆਪਣਾ ਕਿਵੇਂ ਦੀ ਰਿਸਪੈਕਟ ਆਪਣੀ ਉੱਥੇ ਉਹਦੇ ਬਾਰੇ ਜ਼ਰੂਰ ਗੱਲ ਮੇਰੇ ਦੇਖੋ ਮਲਟੀਕਲਚਰਲ ਹੈ ਮੈਟਰੋ ਸਿਟੀ ਹੈ ਦਾ ਲਾਈਫ ਇਜ਼ ਵੈਰੀ ਫਾਸਟ ਮਤਲਬ ਕੋਈ ਕਿਸੇ ਦੇ ਬਾਰੇ ਕੈਰ ਨਹੀਂ ਕਰਦਾ ਬਟ ਦਨ ਹਰ ਕਿਸੇ ਦੀ ਆਪਣੀ ਇੱਕ ਰੈਕਗਨਿਸ਼ਨ ਹੈ ਕਿ ਜਿਹਦੀ ਆਪਣੀ ਪਛਾਣ ਹੁਣ ਜੇ ਮੈਂ ਗੱਲ ਕਰਾਂ ਆਪਾਂ ਜੋ ਸਿੱਖ ਦੀ ਉਧਰ ਇੱਕ ਉਹ ਹੈ ਬਹੁਤ ਹੀ ਇੰਪੋਰਟੈਂਟ ਐਂ ਬਹੁਤ ਰਿਸਪੈਕਟ ਕਰ ਦੇਣਾ ਤੇ ਬੰਬੇ ਕਦੇ ਵੀ ਆ ਜਾਏ ਜੋ ਜੇ ਤੁਸੀਂ ਪਗ ਬੰਦੀਆਂ ਨਾ ਕੋਈ ਤੁਹਾਨੂੰ ਸਰਦਾਰ ਨਹੀਂ ਕਹੇਗਾ ਉਹ ਕਹਿਣਗੇ ਸਰਦਾਰ ਜੀ ਜੋ ਮਰਜ਼ੀ ਬੰਦਾ ਹੋਵੇ ਜੇ ਆਪਾਂ ਵੀ ਕਦੇ ਕਿੱਥੇ ਜਾਣਾ ਨਾ ਆਪਾਂ ਨੂੰ ਲੱਗਦਾ ਜੇ ਆਪਾਂ ਪਗ ਬੰਦੀ ਨੇ ਇੱਕ ਰਿਸਪੌਂਸਿਬਿਲਟੀ ਹੈ ਜੇ ਆਪਾਂ ਪਬਲਿਕ ਲਈਆਂ ਕੋਈ ਵੈਸੇ ਤਾਂ ਗਲਤ ਕੰਮ ਕਰਦੇ ਨਹੀਂ ਪਰ ਫਿਰ ਵੀ ਆਪਾਂ ਨੂੰ ਇੱਕ ਧਿਆਨ ਰੱਖਣਾ ਚਾਹੀਦਾ ਬਿਲਕੁਲ ਤੇ ਹੋਈ ਐ ਕਿ ਜਦੋਂ ਤੁਸੀਂ ਜਦ ਤੱਕ ਇਹ ਚੀਜ਼ ਜੇ ਤੁਸੀਂ ਪੰਜਾਬ 'ਚ ਕਿਉਂਕਿ ਤੁਹਾਡੇ ਅੱਜ-ਬਾਜੂ ਸਾਰੇ ਹੀ ਹੋਣੇ

ਅਸੀਂ ਆ 19 ਸਾਡੇ ਘਰ ਗੁਰਪੁਰਬ ਤੇ ਆਉਂਦੇ ਨੇ ਇਸ ਤੇ ਆਉਂਦੇ ਨੇ ਅਸੀਂ ਉਧਰ ਜਾਂਦੇ ਹਾਂ ਬਹੁਤ ਇੱਕ ਹੈਪੀ ਹੋਰ ਇੱਕ ਪਰਿਵਾਰਿਕੋ ਚੀਜ਼ ਹੈ ਜਿਹੜਾ ਜਿਹੜਾ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਤੁਸੀਂ ਰਹਿੰਦੇ ਹੋ ਹਨਾ ਉੱਥੇ ਫਿਰ ਆਪਣੀਆਂ ਮੋਸਟਲੀ ਆਪਣੀ ਸਿੱਖ ਫੈਮਲੀਆਂ ਨੇ ਜਿਆਦੇ ਹਾਂ ਗੁਰਤੇਗ ਬਹਾਦਰ ਨਗਰ ਚ ਆਈ ਥਿੰਕ ਸੋ ਅਰਾਊਂਡ 1000 ਤੋਂ 1200 ਸਿੱਖ ਫੈਮਲੀਆਂ ਨੇ ਉਹ ਠੀਕ ਹੈ ਆਪਣੇ ਏਰੀਆ ਚ ਆਪਣੇ 3-4 ਗੁਰਦੁਆਰੇ ਨੇ ਗੁਰਦੁਆਰਾ ਸਭ ਜਾਇਦਾ ਹਰ ਇੱਕ ਗੁਰਪੁਰਬ ਮਨਾਇਦਾ ਹਰ ਦਿਨ ਤਿਉਹਾਰ ਮਨਾਇਦਾ ਤੇ ਇੱਕ ਬਹੁਤ ਅੱਛਾ ਪੋਜ਼ਿਟਿਵ ਉਹ ਮੈਂ ਕਹ ਰਿਹਾ ਕਿ ਜਿੱਤਾਂ ਔਰ ਮੈਨੂੰ ਅਪੋਰਟ ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਉਸ ਏਰੀਆ ਚ ਬਰਿੰਗਿੰਗ ਹੈ बिकॉज़ ਆਈ ਨੋ ਮਾਈ ਕਲਚਰ ਮੈਂ ਆਪਣੇ ਬੰਦਿਆਂ ਨੂੰ ਦੇਖ ਕੇ ਵੱਡਾ ਹਾਂ ਔਰ ਸਾਡੇ ਰੋਲ ਮਾਡਲ ਨੇ ਸਾਡੀ ਕਮਿਊਨਿਟੀ ਤੋਂ ਕਿੰਨੇ ਬੰਦੇ ਨੇ ਜਿਹੜੇ ਅੱਜ ਬਿਜ਼ਨਸ ਵਿੱਚ ਬਹੁਤ ਅੱਛਾ ਕਰ ਰਹੇ ਨੇ ਰੈਸਟੋਰੈਂਟਸ ਬਿਜ਼ਨਸ ਵਿੱਚ ਨੇ ਕਾਫੀ سارے ਤਰੀਕਿਆਂ ਦੇ ਅਲੱਗ-ਅਲੱਗ ਬਿਜ਼ਨਸ ਇੱਥੇ ਨੇ ਤਾਂ ਇਹਨਾਂ ਨੂੰ ਦੇਖ ਕੇ ਪੋਜ਼ਿਟਿਵਿਟੀ ਮਿਲਦੀ ਹੈ ਕਿ ਉਹ ਏ ਲੈਵਲ ਤੇ ਕੰਮ ਕਰ ਰਹੇ ਨੇ ਟੈਕ ਸਪੋਰਟ ਹੈ ਯੂ ਨੋ ਬਹੁਤ ਚੰਗਾ ਲੱਗਦਾ ਹੈ ਹੈਨਾ ਤੇ ਪ੍ਰਭਜੋਤ ਤੁਸੀਂ ਸਟੂਡੀਓ ਦੇ ਵਿੱਚ ਆਏ ਸਾਡੇ ਤੁੜੀ ਆਪਣੀ ਜਰਨੀ ਤੁਸੀਂ ਸਾਂਝੀ ਕੀਤੀ ਹੈ ਸਾਡੇ ਨਾਲ ਤੇ ਮਾਲਕ ਅੱਗੇ ਅਰਦਾਸ ਕਰਦੇ ਆ ਕਿ ਤੁਸੀਂ ਹੋਰ ਵੀ ਇਸ ਇੰਡਸਟਰੀ ਦੇ ਵਿੱਚ ਰਹੇ ਕਿ ਤਰੱਕੀਆਂ ਮੰਨੋ ਅੱਛਾ ਮੈਂ ਚਾਹੂੰਗਾ ਕਿ ਤੁਸੀਂ ਜ਼ਰੂਰ ਆਪਣੀ ਆਈਡੀ ਜ਼ਰੂਰ ਸ਼ੇਅਰ ਕਰੋ ਤਾਂ ਕਿ ਸਾਡੇ ਜਿਹੜੇ ਹੈਗੇ ਨੇ ਇੰਸਟਾਗ੍ਰਾਮ ਦੀ ਆਈਡੀਆਂ ਸ਼ੇਅਰ ਕਰੋ ਜਾਂ ਕੋਈ ਹੋਰ ਕੋਈ ਸੋਸ਼ਲ ਮੀਡੀਆ ਦਾ ਚੈਨਲ ਹੈਗਾ ਉਹਦੀ ਵੀ ਜ਼ਰੂਰ ਸ਼ੇਅਰ ਕਰੋ ਪਲੀਜ਼ ਤੇ ਮੈਨੂੰ ਇੰਸਟਾਗ੍ਰਾਮ ਤੇ ਜ਼ਰੂਰ ਫੋਲੋ ਕਰੋ ਮੇਰੀ ਆਈਡੀ ਹੈ P R A B H J Y O T S I N G H H ਪ੍ਰਭਜੋਤ ਸਿੰਘ ਤੇ ਥੱਲੇ ਆਪਾਂ ਮੈਂਸ਼ਨ ਕਰ ਦਾਂਗੇ ਤੁਸੀਂ ਜ਼ਰੂਰ ਫੋਲੋ ਕਰੇ ਹਾਂ ਐਂਡ ਤੁਸੀਂ ਵੀ ਜੇਕਰ ਇਹ ਪ੍ਰੋਜੋਥੋਰ ਨੂੰ ਤੁਸੀਂ ਜ਼ਰੂਰ ਫੋਲੋ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੂ ਕਿ ਇਹਨਾਂ ਦੀ ਆਉਣ ਵਾਲੇ ਪ੍ਰੋਜੈਕਟ ਕੀ ਨੇ ਤੇ ਤੁਸੀਂ ਆਜ਼ਾਦ ਸਟੂਡੀਓ ਟੋਰਾਂਟੋ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ YouTube ਚੈਨਲ ਆਪਣਾ ਤੇ ਤੁਹਾਡੇ ਨਾਲ ਅੱਗੇ ਵੀ ਇਹੋ ਜਿਹੇ ਇੰਟਰਵਿਊਜ਼ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਸਰੀ ਅਕਾਲ